ਹਾਂ ਜੀ, ਤੋ ਨੈਕਸਟ ਆਪਾਂ ਸਟਾਰਟ ਕਰਦੇ ਹਾਂ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਆਪਾਂ ਆਪਣੇ ਕਰੰਟ ਅਫੇਅਰਸ ਨੂੰ ਕੰਟੀਨਿਊ ਕਰ ਰੱਖਿਆ ਸੀ, ਤੋ ਅੱਜ ਨੈਕਸਟ ਕਰੰਟ ਅਫੇਅਰਸ ਨੂੰ ਆਪਾਂ ਕੰਟੀਨਿਊ ਕਰਦੇ ਹਾਂ। ਤੋ ਇਹ ਸਾਰੇ ਐਕਸਪੀਰੀਅੰਸ ਨੂੰ ਇਹ ਸ਼ੋਰ ਕਰਦਾ ਕਿ ਜਿਹੜਾ ਲੈਕਚਰ ਤੁਸੀਂ ਲਾ ਰਹੇ ਹੋ ਨਾ, ਇਹ ਲਾਈਵ ਲੈਕਚਰ ਹੋਣ ਦੀ ਬਜਾਏ ਰਿਕਾਰਡਡ ਲੈਕਚਰ ਆ, ਅਤੇ ਇਹ ਇਸ ਸਥਿਤੀ 'ਚ ਇਸ ਕਰਕੇ ਰੱਖਿਆ ਗਿਆ ਤਾਂ ਜੋ ਸਹੀ ਟਾਈਮ 'ਤੇ ਤੁਹਾਨੂੰ ਇਹ ਲੈਕਚਰਸ ਅਵੇਲੇਬਲ ਹੋ ਸਕਣ। ਸਾਡੇ ਬਿਜ਼ੀ ਸ਼ਡਿਊਲ ਕਰਕੇ ਅਸੀਂ ਇਹਨੂੰ ਲਾਈਵ ਨਹੀਂ ਕਰ ਸਕੇ, ਬਟ ਕੰਟੈਂਟ ਅਤੇ ਕੁਆਲਿਟੀ ਦੇ ਮਾਮਲੇ 'ਚ ਜਿਸ ਤਰੀਕੇ ਨਾਲ ਤੁਸੀਂ ਪੂਰੀ ਦੀ ਪੂਰੀ ਸੀਰੀਜ਼ ਨੂੰ ਪਹਿਲਾਂ ਤੋਂ ਲਗਾਤਾਰ ਦੇਖਦੇ ਆ ਰਹੇ ਹੋ, ਉਹੀ ਗੱਲ ਕਹੂੰਗਾ ਕਿ ਜਦੋਂ ਵੀ ਤੁਸੀਂ ਸਾਡੇ 2023 ਜਾਂ 24 ਦੇ ਜਿਹੜੇ ਮੇਰੇ ਦੁਆਰਾ ਪੜ੍ਹਾਏ ਗਏ ਕਰੰਟ ਕਮ ਸਟੈਟਿਕ GK ਦੇ ਕੁਐਸਚਨਸ ਨੂੰ ਦੇਖਦੇ ਹੋ, ਪ੍ਰਿੰਟਡ ਕਾਪੀ ਤੁਹਾਡੇ ਹੱਥ 'ਚ ਹੋਵੇ, ਪਲੱਸ ਉਹਦੇ 'ਤੇ ਜੋ ਕੁਛ ਐਕਸਟਰਾ ਮੈਂ ਬੋਲਿਆ ਹੈ ਉਹ ਤੁਹਾਡੇ ਕੋਲ ਨੋਟ ਹੋਵੇ। ਤੁਸੀਂ ਨੋਟਿਸ ਕਰੋ ਕਿ ਚਾਹੇ ਸਿਵਲ ਸਰਵਿਸਿਜ਼ ਗਰੁੱਪ A, B, C ਦਾ ਪੇਪਰ ਹੋਵੇ, ਤੁਹਾਡੇ ਵਾਸਤੇ ਇਹ ਸਾਰਾ ਕੰਟੈਂਟ ਇਕੁਅਲੀ ਵਰਕ ਕਰੂਗਾ। ਜ਼ਿਆਦਾ ਸਮਾਂ ਹੁਣ ਮੈਂ ਤੁਹਾਡਾ ਖਰਾਬ ਨਹੀਂ ਕਰਨਾ, ਸੋ ਲੈਟਸ ਸਟਾਰਟ। ਸਭ ਤੋਂ ਇੰਪੋਰਟੈਂਟ ਗੱਲ ਕਿ ਐਕਸਰਸਾਈਜ਼ ਕੈਟਲਸ ਐਕਸਪ੍ਰੈਸ 2024 ਕਿਹੜੇ ਦੇਸ਼ 'ਚ ਹੋਈ ਹੈ? ਦੇਖੋ ਬੜਾ ਸਿੰਪਲ ਜਿਹਾ ਸਵਾਲ ਆ, ਇੰਡੀਆ ਦਾ ਜਿਹੜਾ ਥੱਲੇ ਵਾਲਾ ਹਿੱਸਾ ਨਾ, ਗੌਰ ਕਰਿਓ ਬੱਚੇ, ਇਹ ਇੰਨਾ ਕੁ ਇੰਪੋਰਟੈਂਟ ਪੁਆਇੰਟ ਆ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕਰਨ ਲੱਗਾ ਹੁਣ, ਕਿ ਇੰਡੀਆ ਦਾ ਜਿਹੜਾ ਸਭ ਤੋਂ ਥੱਲੇ ਵਾਲਾ ਪਾਰਟ ਆ ਨਾ, ਇਹ ਆ ਲਓ, ਦਿਸ ਇਜ਼ ਇੰਡੀਅਨ ਓਸ਼ੀਅਨ, ਇਹ ਹਿੰਦ ਮਹਾਂਸਾਗਰ ਆ। ਹਿੰਦ ਮਹਾਂਸਾਗਰ ਦੇ ਕੰਟੈਕਸਟ 'ਚ ਨਾ ਬਹੁਤ ਗੱਲਾਂ ਜੇ ਮੈਂ ਤੁਹਾਡੇ ਨਾਲ ਕਰਨੀਆਂ ਚਾਹਾਂ, ਕਿਉਂਕਿ ਮੈਂ ਆਪਣੇ ਮਾਡਲ ਨੂੰ ਸਕਿਪ ਨਹੀਂ ਕਰਨਾ ਚਾਹੁੰਦਾ, ਕਰੰਟ ਅਫੇਅਰ ਆਪਦੀ ਜਗ੍ਹਾ 'ਤੇ, ਸਟੈਟਿਕ GK ਅਤੇ ਉਹਦੇ ਨਾਲ ਸੰਬੰਧਿਤ ਇਨਫੋਰਮੇਸ਼ਨ ਆਪਣੀ ਜਗ੍ਹਾ 'ਤੇ। ਸਵਾਲ ਬੜਾ ਸਿੰਪਲ ਆ ਕਿ ਇੰਡੀਆ ਦੀ ਨੇਵੀ ਨੇ ਇਹ ਮਿਲਟਰੀ ਐਕਸਰਸਾਈਜ਼ ਕਿਹੜੇ ਦੇਸ਼ ਨਾਲ ਕਿੱਥੇ ਕੀਤੀ? ਸੈਚਲਜ਼। ਇਹ ਇੱਕ ਆਈਲੈਂਡ ਕੰਟਰੀ ਆ, ਇੱਕ ਟਾਪੂ ਦੇਸ਼ ਆ। ਗੱਲ ਖਤਮ ਹੋ ਗਈ? ਪਰ ਗੱਲ ਖਤਮ ਨਹੀਂ, ਅਸਲ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਗੱਲ ਸ਼ੁਰੂ ਹੋਈ ਆ। ਤੁਹਾਨੂੰ ਪਤਾ ਇੰਡੀਅਨ ਓਸ਼ੀਅਨ ਦੇ ਨਾਲ ਅਫਰੀਕਾ, ਅਰਬ, ਉਸ ਤੋਂ ਬਾਅਦ ਏਸ਼ੀਆ ਅਤੇ ਉਸ ਤੋਂ ਬਾਅਦ ਸਾਊਥ ਈਸਟ ਏਸ਼ੀਆ, ਜਿੱਥੇ ਏਸ਼ੀਅਨ ਕੰਟਰੀਜ਼ ਦੀ ਗੱਲ ਆ। ਆ ਪਿੱਛੇ ਜੇ ਮੈਂ ਇੱਕ ਪੇਪਰ ਦੇਖਿਆ, ਕਿਆ ਕਹਾਣੀਆਂ ਪਾ ਰਹੇ ਆ ਕਿ ਇੱਕ ਔਰਗਨਾਈਜੇਸ਼ਨ ਆ ਉਹ 8 ਅਗਸਤ 1967 ਨੂੰ ਬਣੀ, ਠੀਕ ਆ, ਉਹ ਸਾਊਥ ਈਸਟ ਏਸ਼ੀਅਨ ਨੇਸ਼ਨਸ ਦੀ ਆ, ਦੱਸੋ ਉਹਦਾ ਨਾਮ ਕੀ ਆ ਜਾਂ ਉਹ ਬਣੀ ਕਦੋਂ? ਸੋ ਏਸ਼ੀਅਨ ਬਾਰੇ ਪੁੱਛਿਆ ਜਾ ਰਿਹਾ, ਤੁਹਾਨੂੰ ਮੈਂ ਜਿਹੜੀ ਸਟੈਟਿਕ GK 'ਚ ਇਨਫੋਰਮੇਸ਼ਨ ਬਰੋਡ ਕਰਕੇ ਦੱਸੀ ਆ, ਉਹਦਾ ਫਾਇਦਾ ਤੁਹਾਨੂੰ ਹੁਣ ਸਮਝ ਆਇਆ ਹੋਊਗਾ ਕਿ ਵਾਕਈ ਹੁੰਦਾ ਹੈ। ਦੇਖੋ ਸੈਚਲਜ਼ ਇੱਕ ਬੜਾ ਛੋਟਾ ਜਿਹਾ ਕੰਟਰੀ ਆ, ਆ ਰਿਹਾ, ਦੇਖੋ ਗੌਰ ਕਰਿਓ। ਅਤੇ ਇੱਕ ਗੱਲ ਹੋਰ, ਇੰਡੀਆ ਦੀ ਮਿਲਟਰੀ, ਇੰਡੀਅਨ ਨੇਵੀ ਨੇ ਉਹਨਾਂ ਦੀ ਨੇਵੀ ਨਾਲ ਐਕਸਰਸਾਈਜ਼ ਕੀਤੀ? ਗੱਲ ਖਤਮ। ਹੁਣ ਮੈਂ ਇਸ ਤੋਂ ਅੱਗੇ ਆ ਰਿਹਾ, ਤੁਹਾਨੂੰ ਪੇਪਰ 'ਚ ਆਊਗਾ ਕਿ ਇੰਡੀਆ ਨੇ ਸੈਚਲਜ਼ ਤੋਂ ਕਿਹੜਾ ਆਈਲੈਂਡ ਲਿਆ ਆਪਣਾ ਮਿਲਟਰੀ ਬੇਸ ਬਣਾਉਣ ਵਾਸਤੇ? ਇੱਥੋਂ ਫਸਦੇ ਆ ਸਵਾਲ। ਤਾਂ ਜਿਹੜੀ ਤੁਹਾਨੂੰ ਆ PDF ਦਿੱਤੀ ਹੈ, ਇਹਦੇ 'ਤੇ ਲਿਖਿਆ ਕਿ ਇੰਡੀਆ ਦਾ ਉਹਨਾਂ ਦੇ ਨਾਲ ਅਜ਼ੰਪਸ਼ਨ ਆਈਲੈਂਡ ਨੂੰ ਲੈ ਕੇ ਸਮਝੌਤਾ ਹੋਇਆ ਹੈ। ਇਸ ਤੋਂ ਉੱਪਰ ਆ ਗਏ ਜੀ ਅਰਬ ਕੰਟਰੀਜ਼। ਹੁਣ ਅਰਬ ਕੰਟਰੀਜ਼ ਦੀ ਗੱਲ ਸੁਣ ਲਓ, ਆ ਇੱਕ ਅਰਬ ਕੰਟਰੀ ਆ ਓਮਾਨ, ਓਮਾਨ ਤੋਂ ਡੁਕਮ ਪੋਰਟ, ਅਸੀਂ ਉਹਨਾਂ ਤੋਂ ਡੁਕਮ ਪੋਰਟ ਲਈ ਆ। ਅੱਗੇ ਆ ਜਾਓ, ਇੰਡੀਆ ਨੇ ਇਰਾਨ ਤੋਂ, ਇਰਾਨ ਦੇ ਨਾਲ ਇੰਡੀਆ ਦੀ ਗੱਲਬਾਤ ਚੱਲਦੀ ਆ, ਦੋ ਬੰਦਰਗਾਹਾਂ, ਇੱਕ 'ਤੇ ਕੰਮ ਕੰਪਲੀਟ ਹੋਣ ਦੇ ਨੇੜੇ ਆ ਅਤੇ ਇੱਕ 'ਤੇ ਕੰਮ ਸ਼ੁਰੂ ਹੋਣ ਦੇ ਨੇੜੇ ਆ। ਜਿਹੜੀ 'ਤੇ ਕੰਮ ਕੰਪਲੀਟ ਹੋਣ ਦੇ ਨੇੜੇ ਆ ਉਹਨੂੰ ਛੱਬਰ ਜਾਂ ਚਾਰਾ ਬਾਰ ਪੋਰਟ ਕਹਿ ਦਿੰਦੇ ਆ, ਅਤੇ ਜਿਹੜੀ 'ਤੇ ਕੰਮ ਖਤਮ ਹੋਣ ਦੇ ਨੇੜੇ ਆ ਚਾਰਾ ਬਰ, ਇੱਕ ਬੰਦਰ ਅਬਾਸ। ਇਹ ਦੋ ਬੰਦਰਗਾਹਾਂ ਦਾ ਸਾਡਾ ਇਰਾਨ ਨਾਲ ਗੱਲ ਚੱਲ ਰਹੀ ਆ, ਕਿਉਂਕਿ ਚਾਈਨਾ ਦੀ ਗੱਲ ਪਾਕਿਸਤਾਨ ਨਾਲ ਚੱਲ ਰਹੀ ਆ। ਚਾਈਨਾ ਨੇ ਪਾਕਿਸਤਾਨ ਤੋਂ ਗਵਾਦਰ ਪੋਰਟ, ਜਿਹੜੀ ਕਿ ਉਹਨਾਂ ਦੇ ਬਲੋਚਿਸਤਾਨ 'ਚ ਆ, ਅੱਜ ਕੱਲ੍ਹ ਆ ਵੀ ਬੜਾ ਪੇਪਰ 'ਚ ਆ ਰਿਹਾ। ਤੁਸੀਂ ਕਹੋਗੇ ਸਰ ਲਿੰਕ ਕਰਕੇ ਦੱਸੋ ਕਿਹੜੇ ਪੇਪਰ 'ਚ ਆ ਰਿਹਾ, ਕਹਿਣਾ ਨਹੀਂ ਚਾਹੀਦਾ, ਪਰ UPSC ਦੇ ਇੱਕ ਪੇਪਰ 'ਚ ਸਵਾਲ ਆਇਆ ਕਿ ਟਕਸ਼ੀਲਾ ਯੂਨੀਵਰਸਿਟੀ, ਜਿਹੜੀ ਕਿ ਅਕਸਰ ਖਬਰਾਂ 'ਚ ਰਹਿੰਦੀ ਆ, ਕਦੀ ਇਤਿਹਾਸ ਕਰਕੇ, ਕਦੀ ਨਵੇਂ ਕਾਂਡ ਕਰਕੇ ਜਾਂ ਕੁਛ ਵੀ ਕਰਕੇ, ਕਿ ਪਾਕਿਸਤਾਨ ਜਾਂ ਅਫਗਾਨਿਸਤਾਨ ਦੀ ਕਿਹੜੀ ਪ੍ਰੋਵਿੰਸ 'ਚ ਆ?
ਕਿੱਡੀ ਹੈਰਾਨੀ ਵਾਲੀ ਗੱਲ ਆ ਕਿ ਬੜਿਆਂ ਨੂੰ ਬੱਚਿਆਂ ਨੂੰ ਨਹੀਂ ਪਤਾ, ਤੇ ਨਹੀਂ ਪਤਾ ਵੀ ਨਹੀਂ ਹੁੰਦਾ ਕਿ ਉਹ ਪਾਕਿਸਤਾਨ ਦੀ ਪੰਜਾਬ ਪ੍ਰੋਵਿੰਸ 'ਚ ਆ। ਸਿੰਪਲ ਸਵਾਲ ਕਿ ਗਵਾਦਰ ਬੰਦਰਗਾਹ ਪਾਕਿਸਤਾਨ ਦੀ ਕਿਹੜੀ ਪ੍ਰੋਵਿੰਸ 'ਚ ਆ, ਜਿਵੇਂ ਆਪਣੇ ਸਟੇਟ ਕਹਿ ਦਿੰਦੇ ਉੱਥੇ ਪ੍ਰੋਵਿੰਸ ਕਹਿ ਦਿੰਦੇ ਆ। ਲਓ ਜੀ ਤੁਸੀਂ ਮੈਨੂੰ ਇੱਕ ਸਿੰਪਲ ਜਿਹਾ ਸਵਾਲ ਦੱਸਣਾ ਹੁਣ ਕਿ ਬਈ ਸ਼੍ਰੀਲੰਕਾ ਦੀ ਕਿਹੜੀ ਬੰਦਰਗਾਹ ਦਾ ਸੌਦਾ ਚਾਈਨਾ ਨਾਲ ਚੱਲ ਰਿਹਾ ਹੈ, ਬਸ ਹੋਰ ਤਾਂ ਆਪਾਂ ਕੀ ਕਹਿ ਸਕਦੇ ਹਾਂ। ਇੱਕ ਗੱਲ ਹੋਰ, ਸ਼੍ਰੀਲੰਕਾ ਚਾਈਨਾ ਨੇ ਬੰਗਲਾਦੇਸ਼ ਦੀ ਕਿਹੜੀ ਬੰਦਰਗਾਹ ਐਕਵਾਇਰ ਕੀਤੀ ਹੈ? ਸੋ ਆਹ ਦੋ ਸਵਾਲ ਤੁਹਾਡੇ ਵਾਸਤੇ ਛੱਡ ਦੇ। ਹੁਣ ਤੁਸੀਂ ਪਤਾ ਕੀ ਕਹੋਗੇ ਕਿ ਸਰ ਪੇਪਰ 'ਚ ਐਵੇਂ ਆਉਣਗੇ? ਨਹੀਂ, ਇੱਕ ਪਾਸੇ ਉਹ ਚਾਰ ਬੰਦਰਗਾਹਾਂ ਪਾਉਣਗੇ, ਇੱਕ ਪਾਸੇ ਚਾਰ ਦੇਸ਼ਾਂ ਦੇ ਕਿ ਕਿਹੜੀ ਬੰਦਰਗਾਹ ਕਿਹੜੇ ਦੇਸ਼ 'ਚ ਆ, ਪਤਾ ਕਿਵੇਂ ਲੱਗੂਗੀ? ਚਾਰੇ ਬੰਦਰਗਾਹਾਂ ਕਿਸੇ ਨਾ ਕਿਸੇ ਕਾਰਨ ਕਰਕੇ ਖਬਰਾਂ 'ਚ ਰਹੀਆਂ ਹੋਣਗੀਆਂ। ਕਿਵੇਂ? ਕਿਸੇ ਦਾ ਭਾਰਤ ਦੀ ਉਸ ਦੇਸ਼ ਨਾਲ ਗੱਲ ਚੱਲਦੀ ਹੋਊਗੀ, ਕਿਸੇ ਦੀ ਚਾਈਨਾ ਦੀ ਉਸ ਦੇਸ਼ ਨਾਲ ਗੱਲ ਚੱਲਦੀ ਹੋਊਗੀ। ਜਿਵੇਂ ਕੋਈ ਕਵੇ ਕਿ ਇੱਕ ਪਾਸੇ ਤੁਹਾਨੂੰ ਲਿਖਤਾ ਡੰਕਮ, ਦੂਜੇ ਪਾਸੇ ਲਿਖਤਾ ਅਜ਼ਮਸ਼ਨ ਆਈਲੈਂਡ, ਤੀਜੇ ਪਾਸੇ ਲਿਖਤਾ ਹੰਬਨ ਟੋਟਾ, ਇੱਧਰਲੇ ਪਾਸੇ ਲਿਖਤਾ ਯਮਨ, ਇੱਧਰਲੇ ਪਾਸੇ ਲਿਖਤਾ ਮੈਡਾਗਾਸਕਰ, ਥੱਲੇ ਲਿਖਤਾ ਸ਼੍ਰੀਲੰਕਾ, ਕੀ ਦੱਸੋ ਕਿੰਨੇ ਸਹੀ ਨੇ? ਪਹਿਲਾ ਤੇ ਦੂਜਾ, ਦੂਜਾ ਤੇ ਤੁਹਾਨੂੰ ਪਤਾ ਹੈ ਕਿ ਡੰਕਮ ਗਲਤ ਆ, ਯਮਨ ਨਹੀਂ ਓਮਾਨ ਆ, ਅਜ਼ਮਸ਼ਨ ਆਈਲੈਂਡ ਗਲਤ ਆ, ਮੈਡਾਗਾਸਕਰ ਨਹੀਂ ਸ਼ੈਚਲਸ ਆ, ਤੀਜਾ ਆਪਸ਼ਨ ਸਹੀ ਆ, ਸ਼੍ਰੀਲੰਕਾ ਹੰਬਨ ਟੋਟਾ ਹੈ। ਇਹ ਕਿਉਂ ਖਬਰਾਂ ਤੋਂ ਨਿਕਲਣ ਵਾਲੇ ਸਵਾਲ ਦਾ ਕੰਟੈਕਸਟ ਸਮਝ ਆ ਗਿਆ? ਸੋ ਬੱਚੇ ਬੜੀ ਇੰਪੋਰਟੈਂਟ ਗੱਲ ਆ। ਫਿਰ ਉਸ ਤੋਂ ਬਾਅਦ ਗੱਲਾਂ 'ਚੋਂ ਗੱਲ ਇੱਕ ਹੋਰ ਨਿਕਲ ਆਈ, ਆ ਜਾਓ, ਉਹ ਗੱਲ ਇਹ ਆ, ਤੁਹਾਨੂੰ ਪਤਾ ਆ ਜਿੰਨੇ ਵੀ ਇੰਡੀਅਨ ਓਸ਼ੀਅਨ ਹਿੰਦ ਮਹਾਸਾਗਰ ਦੇ ਨਾਲ ਵਾਲੇ ਦੇਸ਼ ਆ, ਇਹਨਾਂ ਦੇਸ਼ਾਂ ਦਾ ਇੱਕ ਗਰੁੱਪ ਬਣਿਆ ਹੋਇਆ ਹੈ, ਉਸ ਗਰੁੱਪ ਦਾ ਨਾਮ ਆ ਅਯੋਰਾ, ਇੰਡੀਅਨ ਓਸ਼ੀਅਨ ਰਿਮ ਐਸੋਸੀਏਸ਼ਨ। ਹੁਣ ਤੁਸੀਂ ਮੈਨੂੰ ਇਹ ਦੱਸਣਾ ਕਿ ਇਹਦਾ ਲੇਟੈਸਟ ਮੈਂਬਰ ਕਿਹੜਾ ਹੈ? ਤੁਸੀਂ ਹੈਰਾਨ ਹੋ ਜਾਓਗੇ ਕਿ ਇਹਦਾ ਲੇਟੈਸਟ ਮੈਂਬਰ ਇਸ ਇਲਾਕੇ 'ਚੋਂ ਹੈ ਹੀ ਨਹੀਂ, ਉਹਦਾ ਸੰਬੰਧ ਯੂਰੋਪ ਨਾਲ ਆ। ਹਿੰਟ ਮੈਂ ਦੇਤਾ, ਤੁਸੀਂ ਦੱਸਣਾ ਕਿ ਇਹਦਾ ਤਾਂ ਲੇਟੈਸਟ ਮੈਂਬਰ ਕੌਣ ਆ ਤੇ ਕਿਨਵਾ ਹੈ, ਅਯੋਰਾ ਕਦੋਂ ਸ਼ੁਰੂ ਹੋਈ ਸੀ ਤੇ ਅਯੋਰਾ 2024 ਦੀ ਮੀਟਿੰਗ ਕਿੱਥੇ ਹੋਈ ਆ ਜਾਂ ਹੋਣੀ ਆ। ਕਿੱਡਾ ਇੰਪੋਰਟੈਂਟ ਸਵਾਲ ਆ, ਇੰਡੀਅਨ ਓਸ਼ੀਅਨ ਰਿਮ ਐਸੋਸੀਏਸ਼ਨ, ਮੋਸਟ ਇੰਪੋਰਟੈਂਟ ਗੱਲਾਂ ਨੇ ਜਿਹੜੀਆਂ ਤੁਹਾਨੂੰ ਮੈਂ ਨਾਲ ਨਾਲ ਡਿਸਕਸ ਕਰਵਾਉਂਦਾ ਜਾ ਰਿਹਾ। ਬੈਕ ਟੂ ਦੀ ਬੇਸਿਕਸ, ਵੇਸਟੇਜ ਆਫ ਟਾਈਮ ਤਾਂ ਹੈ ਹੀ ਨਹੀਂ ਕੋਈ ਮਤਲਬ। ਅਗਲਾ ਇੱਕ ਬੜਾ ਹਲਕਾ ਜਿਹਾ ਸਵਾਲ ਆ ਕਿ ਇੱਕ ਬਿੱਛੂ ਆ 8 ਅੱਖਾਂ ਤੇ 8 ਲੱਤਾਂ ਵਾਲਾ, ਇੱਕ ਬੜੀ ਨਵੀਂ ਸਪੀਸੀਜ਼ ਆਈ ਆ, ਕਿਹੜੇ ਦੇਸ਼ 'ਚ ਆ? ਥਾਈਲੈਂਡ। ਹੁਣ ਮੈਂ ਥਾਈਲੈਂਡ ਨੂੰ ਲੈ ਕੇ ਬਹੁਤ ਜ਼ਿਆਦਾ, ਤੁਸੀਂ ਕਹੋਗੇ ਸਰ ਪੂਰੀ ਦੀ ਪੂਰੀ, ਜੇ ਤੁਸੀਂ ਕਹੋਗੇ ਕਿ ਸਰ ਮਾਰਚ ਮਹੀਨੇ ਦੀ ਕਿੰਨਵੀਂ ਵੀਡੀਓ ਆ, ਕਰੰਟ ਅਫੇਅਰਸ ਕਮ ਸਟੈਟਿਕ ਜੀਕੇ ਦੀ ਇਹ 11ਵੀਂ ਵੀਡੀਓ ਆ, ਤਾਂ ਤੁਸੀਂ ਉੱਪਰਲੀਆਂ 10 ਵੀਡੀਓਜ਼ ਦੇਖੋ, ਤੁਹਾਨੂੰ ਇੱਕ ਗੱਲ ਸਮਝ ਆਊਗੀ ਕਿੰਨੀ ਵਾਰ ਮੈਂ ਏਸੀਅਨ ਸਾਊਥ ਈਸਟ ਏਸ਼ੀਆ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ, 10 ਦੇਸ਼ਾਂ ਦਾ ਸਾਊਥ ਈਸਟ ਏਸ਼ੀਆ ਦਾ ਮੈਪ, ਉਹਨਾਂ ਦੇਸ਼ਾਂ ਦੀ ਰਾਜਧਾਨੀ, ਪੂਰੀ ਸਟੋਰੀ ਦੱਸ ਚੁੱਕਿਆ, ਏਸੀਅਨ ਕਦੋਂ ਬਣਿਆ, ਕਿਹੜੇ ਸਮਝੌਤੇ ਨਾਲ ਬਣਿਆ, ਬੈਂਕਾਕ ਸਮਝੌਤੇ ਨਾਲ। ਪੇਪਰ 'ਚ ਸਵਾਲ ਨਹੀਂ ਆਊਗਾ ਕਿ ਕੰਸੀਡਰ ਦੀ ਫੋਲੋਇੰਗ ਸਟੇਟਮੈਂਟਸ ਅਬਾਊਟ ਐਸੀਅਨ, ਇਟ ਵਾਸ ਫੋਰਮਡ ਬਾਏ ਬੈਂਕਾਕ ਡੈਕਲਰੇਸ਼ਨ, ਇਟਸ ਫਾਊਂਡਿੰਗ ਡੇਟ ਵਾਸ ਦਿਸ, ਕੀ ਇਹ ਫਲਾਣੀ ਤਰੀਕ ਨੂੰ ਬਣਿਆ, ਇਟਸ ਫਾਊਂਡਿੰਗ ਮੈਂਬਰਸ ਵਰ, ਜਦੋਂ ਇਹ ਬਣਿਆ ਉਸ ਵੇਲੇ ਦੇ ਫਲਾਣਾ 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 ਫਾਊਂਡਿੰਗ ਮੈਂਬਰ ਸੀ, ਦੱਸੋ ਕਿੰਨੀਆਂ ਸਟੇਟਮੈਂਟ ਸਹੀ ਹੈ। ਕੀ ਤੁਹਾਡੇ ਪੇਪਰ 'ਚ ਗਰੁੱਪ ਬੀ ਜਾਂ ਏ ਦੇ ਪੇਪਰ 'ਚ ਇਹੋ ਜਿਹੇ ਸਵਾਲ ਆਉਂਦੇ ਨਹੀਂ? ਡੈਫੀਨੇਟਲੀ ਆਉਂਦੇ ਆ। ਤੁਸੀਂ ਮੇਰੇ ਇਸ ਕਰੰਟ ਅਫੇਅਰ, ਤੁਸੀਂ ਕਹੋਗੇ ਕਿ ਸਰ ਜਿਹੜੀ ਤੁਸੀਂ PDF ਦਿੰਦੇ ਹੋ ਪ੍ਰਿੰਟ ਕਰਨ ਵਾਸਤੇ, ਸਾਰੇ ਇਨਰੋਲਡ ਸਟੂਡੈਂਟਸ ਕੋਲੋਂ ਅਵੇਲੇਬਲ ਆ, ਕੀ ਉਹਦੇ ਥੱਲੇ ਇੰਨਾ ਪੇਜ ਖਾਲੀ ਕਿਉਂ ਛੱਡਿਆ? ਇੰਟੈਂਸ਼ਨਲੀ ਜਾਣ ਬੁੱਝ ਕੇ ਛੱਡਿਆ ਜਾਂਦਾ ਤਾਂ ਕਿ ਤੁਸੀਂ ਉਹਦੇ 'ਚ ਇਹਨੂੰ ਐਡ ਆਨਸ ਕਰ ਸਕੋ। ਖੈਰ ਬੈਕ ਟੂ ਦੀ ਬੇਸਿਕਸ, ਨੈਕਸਟ, ਇੰਡੀਆ ਦਾ ਪਹਿਲਾ ਆਟੋਮੋਬਾਈਲ ਇਨ ਪਲੇਨ ਰੇਲਵੇ ਸਾਈਡਿੰਗ ਕਿੱਥੇ ਲਾਂਚ ਕੀਤੀ ਗਈ ਹੈ? ਗੁਜਰਾਤ 'ਚ। ਦੇਖੋ ਕੋਈ ਬਹੁਤ ਵੱਡੀ ਖਬਰ ਨਹੀਂ, ਵੈਸੇ ਵੀ ਰੇਲਵੇ ਨਾਲ ਰਿਲੇਟਡ ਤਾਂ ਮੈਂ ਬਹੁਤ ਗੱਲਾਂ ਜਿਹੜੀਆਂ ਨੇ ਦੱਸ ਚੁੱਕਿਆ ਕਿ ਇਸ ਟਾਈਮ ਕਿ ਫਿਲਹਾਲ ਦੀ ਘੜੀ ਤਾਂ ਬਸ ਇਹ ਆ ਕਿ ਇੰਡੀਆ ਦੀ ਉਹ ਕਿਹੜੀ ਸਟੇਟ ਆ ਜਿੱਥੇ ਕਿਸੇ ਪ੍ਰਾਈਵੇਟ ਕੰਪਨੀ ਨੂੰ ਸਿੱਧਾ ਕੰਪਨੀ ਦੇ ਅੰਦਰ ਹੀ ਇੱਕ ਹਿਸਾਬ ਦਾ ਰੇਲਵੇ ਸਟੇਸ਼ਨ ਮਿਲ ਗਿਆ, ਤਾਂ ਉਹਦਾ ਉਦਘਾਟਨ ਨਰਿੰਦਰ ਮੋਦੀ ਨੇ ਕੀਤਾ ਹੈ।
ਸਜੂਕੀ ਮੋਟਰ ਗੁਜਰਾਤ ਪ੍ਰਾਈਵੇਟ ਲਿਮਿਟਡ 'ਚ ਕੀਤਾ ਹੈ, ਗੁਜਰਾਤ ਦੇ ਵਿੱਚ ਹੋਇਆ ਹੈ, ਠੀਕ ਹੈ। ਸੋ ਕੋਈ ਬਹੁਤ ਇੰਪੋਰਟੈਂਟ ਜਾਂ ਹਾਈ ਫਾਈ ਕਰੰਟ ਅਫੇਅਰ ਨਹੀਂ ਸੀਗਾ। ਨੈਕਸਟ ਕਹਿੰਦੇ ਰਾਸ਼ਟਰੀ ਅਨੁਸੂਚਿਤ ਜਾਤੀ ਆਯੋਗ ਦੇ ਨਵੇਂ ਚੁਣੇ ਚੇਅਰਮੈਨ ਕੌਣ ਨੇ? ਕਿਸ਼ੋਰ ਮਕਨਾਵਾ ਮਕਵਾਨਾ ਸੋਰੀ। ਸੋ ਬੇਸਿਕਲੀ ਨੈਸ਼ਨਲ ਸ਼ਡਿਊਲ ਨੈਸ਼ਨਲ ਕਮਿਸ਼ਨ ਫੋਰ ਸ਼ਡਿਊਲ ਕਾਸਟ ਖਬਰਾਂ 'ਚ ਆ ਗਿਆ। ਹੁਣ ਰਹੀ ਗੱਲ ਸ਼ਡਿਊਲ ਕਾਸਟ ਕਮਿਸ਼ਨ ਦੇ ਚੁਣੇ ਜਾਣ ਦੀ, ਹੁਣ ਗੱਲ ਆ ਗਈ ਕਿ ਸਰ ਸ਼ਡਿਊਲ ਕਾਸਟ ਕਮਿਸ਼ਨ ਹੁੰਦਾ ਕੀ ਆ। ਬੱਚੇ ਉਹ ਨੋਟ ਕਰ ਲਿਓ ਹੁਣ ਕਾਪੀ 'ਤੇ, ਇਹ ਗੱਲਾਂ ਬਹੁਤ ਇੰਪੋਰਟੈਂਟ ਆ। ਜਿੰਨੀਆਂ ਵੀ ਸੰਸਥਾਵਾਂ ਦਾ ਜ਼ਿਕਰ, ਜਿੰਨੀਆਂ ਵੀ ਔਰਗਨਾਈਜੇਸ਼ਨਸ ਬੋਡੀਜ਼ ਦਾ ਜ਼ਿਕਰ ਸੰਵਿਧਾਨ ਦੇ ਕਿਸੇ ਨਾ ਕਿਸੇ ਅਨੁਛੇਦ, ਕੰਸਟੀਟਿਊਸ਼ਨ ਦੇ ਕਿਸੇ ਨਾ ਕਿਸੇ ਆਰਟੀਕਲ 'ਚ ਆ ਜਾਏ ਨਾ, ਸਮਝ ਲਓ ਉਹ ਕੰਸਟੀਟਿਊਸ਼ਨਲ ਬੋਡੀ ਆ। ਤੁਸੀਂ ਕਹੋਗੇ ਸਰ ਸਮਝ ਗਏ। ਜਿਹੜੀਆਂ ਸੰਸਥਾਵਾਂ ਨੂੰ ਪਾਰਲੀਮੈਂਟ ਜਾਂ ਸਟੇਟ ਦੀ ਵਿਧਾਨ ਸਭਾ ਐਕਟ ਪਾਸ ਕਰਕੇ ਬਣਾ ਦੇਣਾ, ਉਹਨੂੰ ਕਹਿੰਦੇ ਆ ਸਟੈਚੂਟਰੀ ਬੋਡੀ, ਵਿਧਾਨਿਕ ਸੰਸਥਾ। ਤੁਸੀਂ ਕਹੋ ਸਮਝ ਗਏ ਜੀ, ਕਲੀਅਰ ਹੈ ਗੱਲ। ਤੀਸਰਾ ਪੁਆਇੰਟ, ਜਿਸ ਦਾ ਕੰਮ ਇਹ ਦੋਵੇਂ ਨਾ ਕਰਨ, ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਸਟੇਟ ਦਾ ਮੁੱਖ ਮੰਤਰੀ ਆਪਣੇ ਰਾਸ਼ਟਰਪਤੀ ਜਾਂ ਗਵਰਨਰ ਤੋਂ ਸਾਈਨ ਕਰਕੇ ਕੋਈ ਬੋਡੀ ਬਣਵਾ ਦੇ, ਉਹਨੂੰ ਕਹਿੰਦੇ ਆ ਐਗਜ਼ੈਕਟਿਵ ਬੋਡੀ। ਤੁਸੀਂ ਕਹੋਗੇ ਸਰ ਐਗਜ਼ਾਮਪਲ ਦੱਸੋ। ਇਲੈਕਸ਼ਨ ਕਮਿਸ਼ਨ ਇੱਕ ਕੰਸਟੀਟਿਊਸ਼ਨਲ ਬੋਡੀ ਹੈ, ਕੰਸਟੀਟਿਊਸ਼ਨ ਦੇ ਆਰਟੀਕਲ 324 'ਚ ਉਹਦਾ ਜ਼ਿਕਰ ਆ। ਨੈਸ਼ਨਲ ਕਮਿਸ਼ਨ ਫੋਰ ਸ਼ਡਿਊਲ ਕਾਸਟ ਇੱਕ ਕੰਸਟੀਟਿਊਸ਼ਨਲ ਬੋਡੀ ਆ, ਕੰਸਟੀਟਿਊਸ਼ਨ ਦੇ ਆਰਟੀਕਲ 338 'ਚ ਉਹਦਾ ਜ਼ਿਕਰ ਆ। ਨੈਸ਼ਨਲ ਕਮਿਸ਼ਨ ਫੋਰ ਬੈਕਵਰਡ ਕਲਾਸ ਇੱਕ ਕੰਸਟੀਟਿਊਸ਼ਨਲ ਬੋਡੀ ਹੈ, ਕੰਸਟੀਟਿਊਸ਼ਨ ਦੇ ਆਰਟੀਕਲ 338B 'ਚ ਉਹਦਾ ਜ਼ਿਕਰ ਆ। ਨੈਸ਼ਨਲ ਕਮਿਸ਼ਨ ਫੋਰ ਸ਼ਡਿਊਲ ਟ੍ਰਾਈਬਸ ਕੰਸਟੀਟਿਊਸ਼ਨਲ ਬੋਡੀ ਆ, ਕੰਸਟੀਟਿਊਸ਼ਨ ਦੇ ਆਰਟੀਕਲ 338A 'ਚ ਉਹਦਾ ਜ਼ਿਕਰ ਆ। ਸੁਪਰੀਮ ਕੋਰਟ ਕੰਸਟੀਟਿਊਸ਼ਨਲ ਬੋਡੀ ਆ, ਕੰਸਟੀਟਿਊਸ਼ਨ ਦੇ ਆਰਟੀਕਲ 124 'ਚ ਉਹਦਾ ਜ਼ਿਕਰ ਆ। ਤੁਸੀਂ ਕਹੋਗੇ ਸਰ ਹੁਣ ਸਟੈਚੂਟਰੀ ਬੋਡੀਜ਼ ਦੱਸ ਦਿਓ। ਲੋਕਪਾਲ, ਲੋਕਪਾਲ ਐਕਟ 2013, ਕਿਤੇ ਵੀ ਨਹੀਂ ਲਿਖਿਆ ਕੰਸਟੀਟਿਊਸ਼ਨ 'ਚ ਕਿ ਦੇਅਰ ਸ਼ੈਲ ਬੀ ਏ ਲੋਕਪਾਲ। ਕੰਸਟੀਟਿਊਸ਼ਨ 'ਚ ਨਹੀਂ ਲਿਖਿਆ, ਐਕਟ 'ਚ ਲਿਖਿਆ ਹੈ ਸਟੈਚੂਟਰੀ ਬੋਡੀ। ਹੋਰ ਨੈਸ਼ਨਲ ਕਮਿਸ਼ਨ ਫੋਰ ਮਾਈਨੋਰਿਟੀਜ਼, ਕਿਤੇ ਵੀ ਨਹੀਂ ਕੰਸਟੀਟਿਊਸ਼ਨ 'ਚ ਕੋਈ ਆਰਟੀਕਲ ਮਾਈਨੋਰਿਟੀਜ਼ ਨੂੰ ਲੈ ਕੇ ਹੈਗਾ ਕਿ ਨੈਸ਼ਨਲ ਕਮਿਸ਼ਨ ਫੋਰ ਮਾਈਨੋਰਿਟੀ ਨੂੰ ਲੈ ਕੇ ਹੈਗਾ ਕਿ ਸਾਡੇ ਦੇਸ਼ 'ਚ ਇੱਕ ਨੈਸ਼ਨਲ ਕਮਿਸ਼ਨ ਫੋਰ ਮਾਈਨੋਰਿਟੀ ਹੋਊਗਾ। ਐਕਟ 'ਚ ਲਿਖਿਆ ਹੈ ਸਟੈਚੂਟਰੀ ਬੋਡੀ ਹੈ। ਸੈਬੀ, ਸਿਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ, 1992 'ਚ ਐਕਟ ਬਣਿਆ, ਸਟੈਚੂਟਰੀ ਬੋਡੀ ਆ। ਟ੍ਰਾਈ, ਟੈਲੀਕੋਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ, ਐਕਟ ਬਣਿਆ, ਸਟੈਚੂਟਰੀ ਬੋਡੀ ਆ। ਹੁਣ ਨੀਤੀ ਆਯੋਗ, ਨਾ ਕੰਸਟੀਟਿਊਸ਼ਨ 'ਚ ਲਿਖਿਆ ਨਾ ਕੋਈ ਐਕਟ ਬਣਿਆ, ਮੋਦੀ ਜੀ ਨੇ ਕਹਿ ਤਾਂ ਚੱਲ ਰਹੀ ਆ, ਐਗਜ਼ੈਕਟਿਵ ਬੋਡੀ ਆ। ਸੋ ਜਿਹੜੇ ਬੱਚੇ ਕਹਿਣ ਕਿ ਸਰ ਸਾਨੂੰ ਸੰਵਿਧਾਨਕ, ਵਿਧਾਨਕ ਅਤੇ ਕਾਰਜਕਾਰੀ ਸੰਸਥਾਵਾਂ, ਅੰਗਰੇਜ਼ੀ ਵਾਲੇ ਕਹਿਣਗੇ ਸਰ ਕੰਸਟੀਟਿਊਸ਼ਨਲ, ਸਟੈਚੂਟਰੀ ਅਤੇ ਐਗਜ਼ੈਕਟਿਵ, ਕਿ ਸਰ ਇਹਨਾਂ ਦਾ ਨਹੀਂ ਸੀ ਪਤਾ, ਤੁਸੀਂ ਕਲੈਰਿਟੀ ਦੇ ਤੀ। ਬੈਕ ਟੂ ਬੇਸਿਕਸ, ਸਵਾਲ ਨਹੀਂ ਭੁੱਲਣਾ ਕਿ ਕੀ ਸੀਗਾ ਸਵਾਲ, ਇਹ ਆ ਕਿ ਅਨੁਸੂਚਿਤ ਜਾਤੀਆਂ ਦੇ ਆਯੋਗ ਦੇ ਚੇਅਰਮੈਨ ਕਿਹਨਾਂ ਨੂੰ ਨਿਯੁਕਤ ਕੀਤਾ ਗਿਆ? ਕਿਸ਼ੋਰ ਮਕਵਾਨਾ ਨੂੰ। ਗੱਲ ਇਹ ਨਹੀਂ, ਹੁਣ ਆ ਜਾਓ ਕਿ ਨੈਸ਼ਨਲ ਕਮਿਸ਼ਨ ਫੋਰ ਸ਼ਡਿਊਲ ਕਾਸਟ ਬਾਰੇ ਸਰ 5 ਗੱਲਾਂ ਦੱਸ ਦਿਓ, ਜੇ ਕੋਈ ਪੇਪਰ 'ਚ ਆ ਗਈ ਤਾਂ ਲਿਖ ਦਈਏ। ਪਹਿਲੀ ਗੱਲ, ਇਹ ਇੱਕ ਕੰਸਟੀਟਿਊਸ਼ਨਲ ਬੋਡੀ ਹੈ। ਦੂਸਰੀ ਗੱਲ, ਸੰਵਿਧਾਨ ਜਦੋਂ ਬਣਿਆ ਉਦੋਂ ਇਸ ਬੋਡੀ ਦਾ ਕੋਈ ਜ਼ਿਕਰ ਨਹੀਂ ਸੀ, ਹੈ ਨਾ ਗੱਲ। 65ਵੀਂ ਕੰਸਟੀਟਿਊਸ਼ਨਲ ਅਮੈਂਡਮੈਂਟ, 65th ਕੰਸਟੀਟਿਊਸ਼ਨਲ ਅਮੈਂਡਮੈਂਟ 1989, 1999 ਦੇ ਵਿੱਚ ਜਦੋਂ ਇਸ ਦੇਸ਼ 'ਚ ਦਲਿਤਾਂ 'ਤੇ ਅੱਤਿਆਚਾਰ ਇੱਕ ਲੈਵਲ 'ਤੇ ਵਧਣ ਲੱਗ ਗਿਆ ਨਾ, ਫਿਰ ਇਸ ਦੇਸ਼ 'ਚ ਦੋ ਚੀਜ਼ਾਂ ਹੋਈਆਂ। ਇੱਕ ਤਾਂ ਦਲਿਤਾਂ ਅਤੇ ਅਨੁਸੂਚਿਤ ਜਨਜਾਤੀਆਂ ਕਬੀਲਾਈ ਲੋਕਾਂ ਵਾਸਤੇ ਇੱਕ ਕਮਿਸ਼ਨ ਬਣਿਆ, ਨੈਸ਼ਨਲ ਕਮਿਸ਼ਨ ਫੋਰ ਸ਼ਡਿਊਲ ਕਾਸਟ ਐਂਡ ਸ਼ਡਿਊਲ ਟ੍ਰਾਈਬ। 338 ਆਰਟੀਕਲ ਕਿਹੜੀ ਅਮੈਂਡਮੈਂਟ ਨਾਲ? 65th, 65ਵੀਂ ਸੰਵਿਧਾਨਕ ਸੋਧ ਨਾਲ। ਮੈਨੂੰ ਲੱਗਦਾ ਕਿ ਉਹ ਚੀਜ਼ ਤੁਹਾਨੂੰ ਇੱਥੇ ਸਾਫ਼ ਅਤੇ ਸਪੱਸ਼ਟ ਮਿਲ ਗਈ। ਫਿਰ ਕੀ ਹੋਇਆ, ਕਹਾਣੀ ਪਲਟੀ। 2003-04 ਤੱਕ ਜਾਂਦੇ ਜਾਂਦੇ ਵਕਤ ਬਦਲ ਗਿਆ, ਵਕਤ ਐਵੇਂ ਦਾ ਆ ਗਿਆ, ਕਹਿੰਦੇ ਸਰ ਸ਼ਡਿਊਲ ਕਾਸਟ ਅਤੇ ਸ਼ਡਿਊਲ ਟ੍ਰਾਈਬ ਇੱਕ ਵਿਚਾਰੇ
ਅਨੁਸੂਚਿਤ ਜਾਤੀ ਦੇ ਲੋਕ ਨੇ, ਇੱਕ ਕਬੀਲੇ ਆਦਿਵਾਸੀ ਨੇ, ਇਹਨਾਂ ਦੀਆਂ ਸਮੱਸਿਆਵਾਂ ਅੱਡ ਅੱਡ ਨੇ, ਇਹਨਾਂ ਵਾਸਤੇ ਇੱਕੋ ਯੋਗ ਕਿਵੇਂ ਕੰਮ ਕਰ ਸਕਦਾ ਹੈ? ਫਿਰ ਕੀ ਹੋਇਆ, 89th ਕਨਸਟੀਟਿਊਸ਼ਨਲ ਅਮੈਂਡਮੈਂਟ ਨਾਲ, 89th ਕਨਸਟੀਟਿਊਸ਼ਨਲ ਅਮੈਂਡਮੈਂਟ ਨਾਲ ਕੀ ਹੋ ਗਿਆ, ਤੁਹਾਨੂੰ ਇਹ ਦੋਵੇਂ ਆਯੋਗ ਅੱਡ ਕਰ ਦਿੱਤੇ ਗਏ। ਨੈਸ਼ਨਲ ਕਮਿਸ਼ਨ ਫੋਰ ਸ਼ਡਿਊਲ ਕਾਸਟ ਨੂੰ ਆਪਣਾ ਪੁਰਾਣਾ ਆਰਟੀਕਲ 338 ਮਿਲ ਗਿਆ, ਇਹਨੂੰ ਮਿਲ ਗਿਆ 338, ਟ੍ਰਾਈਬਸ ਵਾਲੇ ਨੂੰ 338 ਏ। ਪੇਪਰ ਚ ਆਊਗਾ ਕਿ ਦੋਵੇਂ ਨੈਸ਼ਨਲ ਕਮਿਸ਼ਨ ਫੋਰ ਸ਼ਡਿਊਲ ਕਾਸਟ ਐਂਡ ਟ੍ਰਾਈਬ ਕਿਹੜੇ ਐਕਟ ਨਾਲ ਬਣਿਆ, ਕਿਹੜੀ ਅਮੈਂਡਮੈਂਟ ਨਾਲ ਬਣਿਆ। ਤੁਸੀਂ ਕਹੋਗੇ ਸਰ 65th। ਦੋਵੇਂ ਅੱਡ ਅੱਡ ਕਿਹੜੀ ਅਮੈਂਡਮੈਂਟ ਨਾਲ ਹੋਏ, ਤੁਸੀਂ ਕਹੋਗੇ ਸਰ 89th। ਤਾਂ ਸਭ ਤੋਂ ਵੱਡੀ ਗੱਲ ਇਹਦੇ, ਸਰ ਜੇ ਤੁਸੀਂ ਕਹੋਗੇ ਕਿ ਸਰ ਜੇ ਕਨਸਟੀਟਿਊਸ਼ਨਲ ਬੋਡੀ ਆ, ਦੱਸੋ ਇਹਦੇ ਚੇਅਰਮੈਨ ਦੀ ਨਿਯੁਕਤੀ ਕੌਣ ਕਰਦਾ ਹੈ, ਮੈਂ ਕਹੂੰਗਾ ਰਾਸ਼ਟਰਪਤੀ ਕੇਂਦਰ ਸਰਕਾਰ ਦੇ ਕਹਿਣ ਤੇ। ਤੁਸੀਂ ਕਹੋਗੇ ਸਰ ਕਿੰਨੇ ਚਿਰ ਲਈ ਚੁਣਿਆ ਜਾਊਗਾ, ਮੈਂ ਕਹੂੰਗਾ 3 ਸਾਲਾਂ ਲਈ ਚੁਣਿਆ ਜਾਊਗਾ। ਹੋਰ ਇਸ ਤੋਂ ਵੱਧ ਤੁਹਾਡੇ ਕੋਲ ਪੇਪਰ 'ਚ ਕੀ ਪੁੱਛਣਗੇ? ਇੱਕ ਸਵਾਲ ਆਇਆ ਸੀ ਕਿ ਨੈਸ਼ਨਲ ਕਮਿਸ਼ਨ ਫੋਰ ਸ਼ਡਿਊਲ ਕਾਸਟ ਦਾ ਚੇਅਰਮੈਨ ਕੌਣ ਆ, ਮੈਂ ਤੁਹਾਨੂੰ ਇਹ ਦੱਸਦਾ ਕਿ ਬਈ ਕਨਸਟੀਟਿਊਸ਼ਨਲ ਸਟੈਚੂਟਰੀ ਤੇ ਐਗਜ਼ੈਕਟਿਵ ਬੋਡੀਜ਼ ਕੀ ਆ। ਹੁਣ ਜੇ ਤੁਸੀਂ ਆਪਣੀ ਕਾਪੀ ਦੇ ਥੱਲੇ ਨਾ ਲਿਖ ਸਕੇ, ਰਿਵੀਜ਼ਨ ਨਾ ਕਰ ਸਕੇ, ਮੈਂ ਵਾਰ-ਵਾਰ ਕਹਿ ਰਿਹਾ ਬੱਚੇ ਇਸ ਕਲਾਸ ਨੂੰ ਕਰੰਟ ਅਫੇਅਰਸ ਦੀ ਕਲਾਸ ਲੈ ਕੇ ਨਾ ਚੱਲਿਓ। ਆਪਣੇ ਵਾਸਤੇ ਜਿਹੜੇ ਬੱਚੇ ਮੇਰੇ ਕੋਲ ਮੇਰੇ ਕੋਰਸ ਦੇ ਵਿੱਚ ਇਨਰੋਲਡ ਨੇ ਨਾ, ਉਹਨਾਂ ਨੂੰ ਤਾਂ ਮੈਂ ਸਟ੍ਰੈਟੇਜੀ 'ਚ ਕਿਹਾ ਹੈ ਕਿ ਬਈ ਜੇ ਤੁਸੀਂ ਦਿਨ 'ਚ 8 ਘੰਟੇ ਪੜ੍ਹਦੇ ਹੋ, 4 ਘੰਟੇ ਤਾਂ ਤੁਸੀਂ ਇੱਕ ਸਬਜੈਕਟ ਪੜ੍ਹਨਾ ਹੈ, 2.5 ਘੰਟੇ ਤੁਸੀਂ ਮੇਰੀ ਇਸ ਕਲਾਸ ਨੂੰ ਲਾਉਣੇ ਆ। ਤੁਸੀਂ ਕਹੋਗੇ ਸਰ ਕਲਾਸ ਕਿੰਨੇ ਚਿਰ ਦੀ ਆ, 35 ਮਿੰਟ ਦੀ। ਫਿਰ 2.5 ਘੰਟੇ ਕਿਉਂ, ਆਪੇ ਹੀ ਲੱਗ ਜਾਣੇ ਆ। ਜਦੋਂ 35 ਮਿੰਟ ਦਾ ਲੈਕਚਰ 70 ਮਿੰਟ ਉੱਪਰ ਲਿਖਣ ਨੂੰ ਲੱਗ ਗਏ ਤੇ ਰਿਵੀਜ਼ਨ ਨੂੰ ਲੱਗ ਗਏ, ਤੁਸੀਂ ਕਹੋਗੇ ਸਰ ਇਹ ਤਾਂ ਬਹੁਤ ਜ਼ਿਆਦਾ ਹੋ ਜਾਂਦਾ ਹੈ। ਜਦੋਂ ਨਾ ਜ਼ਿਆਦਾ ਬੋਝ ਪੈਂਦਾ ਹੈ ਤੇ 6 ਮਹੀਨੇ ਲਗਾਤਾਰ ਬੰਦਾ ਉਸ ਬੋਝ ਦੇ ਥਰੂ ਸਾਰਾ ਰਿਵਾਈਜ਼ ਕਰਦਾ ਹੈ, ਬੰਦਾ ਕਹਿੰਦਾ ਜੀ ਸਾਰਾ ਕਲੀਅਰ ਹੋ ਗਿਆ। ਨਾਲੇ ਜਦੋਂ ਤੁਹਾਨੂੰ ਕਨਸੈਪਟ ਕਲੀਅਰ ਹੋਣ ਲੱਗ ਪਏ, ਕੋਈ ਬੰਦਾ ਤੁਹਾਨੂੰ ਕਰੰਟ ਅਫੇਅਰ ਸਟੈਟਿਕ ਨਾਲ ਜੋੜ ਕੇ ਪੜਾਉਣ ਲੱਗ ਪਏ ਨਾ, ਉਹਦੇ ਤੋਂ ਉੱਪਰ ਕੁਝ ਨਹੀਂ ਹੋ ਸਕਦਾ। ਵੱਧ ਤੋਂ ਵੱਧ ਉਸ ਚੀਜ਼ ਨੂੰ ਰਿਲੇਟ ਕਰੋ। ਲਓ ਜੀ ਬੱਚੇ, ਅਗਲਾ ਸਵਾਲ, ਆਸਿਫ ਅਲੀ ਜ਼ਰਦਾਰੀ ਕਿਹੜੇ ਦੇਸ਼ ਦੇ 14ਵੇਂ ਪ੍ਰਧਾਨ ਰਾਸ਼ਟਰਪਤੀ ਬਣੇ ਆ? ਪਾਕਿਸਤਾਨ ਦੇ। ਬੜਾ ਸਿੰਪਲ ਜਿਹਾ ਸਵਾਲ ਆ। ਲਓ ਜੀ ਬੱਚੇ, ਗੱਲ ਕੀ ਆ, 3 ਪੋਸਟਾਂ ਪਾਕਿਸਤਾਨ ਦੀਆਂ। ਇਹ ਨਾ ਜਦੋਂ ਤੁਸੀਂ ਤਾਂ ਚਲੋ ਹੁਣ ਹਜੇ ਪੇਪਰ ਦੇ ਰਹੇ ਹੋ, ਆ ਜਦੋਂ 2014-15 'ਚ ਸਵਾਲ ਆਉਂਦੇ ਸੀ ਨਾ, ਉਦੋਂ ਮੈਂ ਕਈ ਪੇਪਰਾਂ ਸਵਾਲ ਦੇਖ ਲਿਆ ਕਿ ਪਾਕਿਸਤਾਨ ਦੇ ਰਾਸ਼ਟਰਪਤੀ ਦਾ ਨਾਂ ਕੀ ਆ। ਮੈਨੂੰ ਜਿੱਥੋਂ ਤੱਕ ਯਾਦ ਆ 2018 'ਚ ਤਾਂ PCS ਵਾਲਿਆਂ ਨੇ ਪੁੱਛ ਲਿਆ ਸੀਗਾ ਪ੍ਰੀ ਦੇ ਪੇਪਰ 'ਚ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਪਾਰਟੀ ਕਿਹੜੀ ਆ। ਠੀਕ ਆ, ਉਹ ਖੈਰ ਆਪਾਂ ਬੈਕ ਟੂ ਬੇਸਿਕਸ। ਸ਼ਹਿਬਾਜ਼ ਸ਼ਰੀਫ ਜਿਹੜੇ ਕਿ ਉਹਨਾਂ ਦੇ ਹੀ ਬ੍ਰਦਰ ਨੇ ਨਵਾਜ਼ ਸ਼ਰੀਫ ਦੇ, ਉਹ ਪਾਕਿਸਤਾਨ ਮੁਸਲਿਮ ਲੀਗ ਨਾਲ ਸੰਬੰਧਿਤ ਨੇ। ਠੀਕ ਆ, ਉਹਨਾਂ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਚੁਣਿਆ ਗਿਆ। ਤੁਹਾਨੂੰ ਸਭ ਨੂੰ ਪਤਾ ਹੈ ਕਿ ਪਾਕਿਸਤਾਨ ਦੇ ਵਿੱਚ ਲੋਕ ਸਭਾ ਨੂੰ ਨੈਸ਼ਨਲ ਅਸੈਂਬਲੀ ਕਹਿੰਦੇ ਆ, ਇਸ ਕਰਕੇ ਇਹ ਵੀ ਇੰਪੋਰਟੈਂਟ ਗੱਲ ਆ। ਦੂਜੀ ਗੱਲ, ਜਿਹੜੀ ਪਾਰਟੀ ਸੀ ਉਹਦਾ ਨਾਮ ਸੀ PML, ਜਿਹੜੀ ਪਾਰਟੀ ਨੂੰ ਹਰਾਇਆ ਗਿਆ, ਜਿਹਦੇ ਲੀਡਰ ਨੂੰ ਜੇਲ੍ਹ 'ਚ ਪਾਇਆ ਗਿਆ, ਜਿਹਨੇ ਜੇਲ੍ਹ 'ਚ ਬਹਿ ਕੇ ਆਰੋਪ ਲਾਇਆ ਕਿ ਧੱਕਾ ਕਰ ਗਏ ਇਲੈਕਸ਼ਨਸ 'ਚ। ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਕਿ ਇਲੈਕਸ਼ਨ ਆਫ ਕਮਿਸ਼ਨ ਆਫ, ਜਦੋਂ ਵੀ ਕੋਈ ਮੈਨੂੰ ਕਹੂਗਾ ਨਾ ਕਿ ਇਸ ਦੇਸ਼ ਦਾ ਲੋਕਤੰਤਰ, ਭਾਰਤ ਦਾ ਲੋਕਤੰਤਰ ਆਪਣੇ ਬਰਾਬਰ ਦੇ ਦੇਸ਼ਾਂ 'ਚੋਂ ਸਾਰਿਆਂ ਤੋਂ ਵੱਧ ਮਜ਼ਬੂਤ ਆ, ਤੁਸੀਂ ਕਿਹਨੂੰ ਕਿਹਨੂੰ ਕ੍ਰੈਡਿਟ ਦੇਣਾ ਚਾਹੋਗੇ? ਮੈਂ 2 ਸੰਸਥਾਵਾਂ ਨੂੰ ਕ੍ਰੈਡਿਟ ਦੇਣਾ ਚਾਹੂੰਗਾ, ਇੱਕ ਸਾਡੇ ਦੇਸ਼ ਦੀ ਇਲੈਕਸ਼ਨ ਕਮਿਸ਼ਨ ਅਤੇ ਦੂਜਾ ਸੁਪਰੀਮ ਕੋਰਟ। ਇੰਨੀ ਵਾਰ ਬਦਨਾਮ ਹੋਏ ਆ, ਇੰਨੀ ਵਾਰ ਇਹਨਾਂ ਦੇ ਮੱਥੇ 'ਤੇ ਕਲੰਕ ਵੀ ਲੱਗਣ ਦੀ ਕੋਸ਼ਿਸ਼ ਹੋਈ ਆ, ਪਰ ਹਰ ਵਾਰ ਇਹ ਕੀ ਕਰਦੇ ਆ, ਆਪਣੇ ਆਪ ਤੋਂ ਕਲੰਕ ਲਵਾ ਲੈਂਦੇ ਆ। ਜਦੋਂ ਇਸ ਵਾਰ ਲੱਗ ਰਿਹਾ ਸੀ ਕਿ ਕਿਸੇ ਇੱਕ ਪੋਲੀਟੀਕਲ ਪਾਰਟੀ ਨੂੰ ਇਲੈਕਸ਼ਨ ਕਮਿਸ਼ਨ ਮੈਂਡੇਟ ਦਵਾ ਕੇ ਕਿਤੇ ਸੱਤਾ 'ਚ ਲੈ ਨਾ ਜਾਵੇ, ਇਲੈਕਸ਼ਨ ਕਮਿਸ਼ਨ ਨੇ ਸਾਬਤ ਕਰਤਾ ਕਿ ਇਸ ਦੇਸ਼ 'ਚ ਪ੍ਰਧਾਨ ਮੰਤਰੀ ਵੀ ਵੋਟਾਂ ਦੀ ਗਿਣਤੀ 'ਚ ਟ੍ਰਾਇਲ ਕਰ ਸਕਦਾ, ਪਿੱਛੇ ਰਹਿ ਸਕਦਾ ਹੈ। ਇਹ ਇੰਡੀਆ ਹੀ ਆ ਜਿੱਥੋਂ ਦੀ ਡੈਮੋਕ੍ਰੇਸੀ 'ਚ ਇਹ ਕੁਛ ਹੋ ਸਕਦਾ ਹੈ।
ਜਿਹੜਾ ਧੱਕਾ ਪਾਕਿਸਤਾਨ 'ਚ PPP ਦੇ ਇਮਰਾਨ ਖਾਨ ਦੀ ਪਾਰਟੀ ਨਾਲ ਹੋਇਆ, ਜਾ ਕੇ ਪੁੱਛ ਕੇ ਦੇਖੋ ਇਲੈਕਸ਼ਨਸ 'ਚ ਧਾਂਦਲੀ ਕਿਵੇਂ ਹੁੰਦੀ ਹੈ। ਬੈਕ ਟੂ ਦੀ ਬੇਸਿਕਸ, ਪਾਕਿਸਤਾਨ ਮੁਸਲਿਮ ਲੀਗ ਤੋਂ ਇੰਡੀਆ ਦੇ ਇੰਡੀਆ ਦੀ ਕਨਸਟੀਟਿਊਸ਼ਨਲ ਬੋਡੀ ਇਲੈਕਸ਼ਨ ਕਮਿਸ਼ਨ ਅੰਡਰ ਆਰਟੀਕਲ 324 ਨੇ ਆਪਣੇ ਆਪ ਨੂੰ ਸਾਫ਼ ਸੁਥਰੀ ਸੰਸਥਾ ਜਿਹੜੀ ਹੈ ਡਿਕਲੇਅਰ ਕਰਤਾ ਹੈ। ਸ਼ਹਿਬਾਜ਼ ਸ਼ਰੀਫ ਪਾਕਿਸਤਾਨ ਮੁਸਲਿਮ ਲੀਗ ਨਾਲ ਸੰਬੰਧਿਤ ਨੇ, 23ਵੇਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ, ਆਸਿਫ ਅਲੀ ਜ਼ਰਦਾਰੀ ਉੱਥੋਂ ਦੇ 14ਵੇਂ ਰਾਸ਼ਟਰਪਤੀ ਨੇ, ਤੇ ਉਹਨਾਂ ਨੂੰ ਸੌਂਹ ਖਵਾਈ ਆ ਚੀਫ ਜਸਟਿਸ ਆਫ ਪਾਕਿਸਤਾਨ ਕਾਜ਼ੀ ਫਾਇਜ਼ ਈਸਾ ਨੇ। ਮੋਸਟ ਇੰਪੋਰਟੈਂਟ, ਤਿੰਨ ਟੌਪ ਪੋਜੀਸ਼ਨਸ, ਤਿੰਨੇ ਦੀਆਂ ਤਿੰਨੇ ਇੱਕ ਜਗ੍ਹਾ ਤੇ ਕਵਰ। ਆਹ ਪਾਕਿਸਤਾਨ ਹੋ ਗਿਆ, ਪਾਕਿਸਤਾਨ ਦੀ ਆਹ ਪ੍ਰੋਵਿੰਸ ਹੋ ਗਈ ਪੰਜਾਬ, ਪਾਕਿਸਤਾਨ ਦੀ ਦੂਜੀ ਸਭ ਤੋਂ ਵੱਡੀ ਪ੍ਰੋਵਿੰਸ, ਪਾਕਿਸਤਾਨ ਦੀ ਸਭ ਤੋਂ ਵੱਡੀ ਪ੍ਰੋਵਿੰਸ ਬਲੋਚਿਸਤਾਨ, ਬਲੋਚਿਸਤਾਨ ਦੇ ਵਿੱਚ ਗਵਾਦਰ, ਗਵਾਦਰ ਉਹ ਬੰਦਰਗਾਹ ਹੈ ਜਿਹਨੂੰ ਚਾਈਨਾ ਨੇ ਐਕਵਾਇਰ ਕੀਤਾ ਹੈ। ਦੂਜੇ ਨੰਬਰ ਦੀ ਸਭ ਤੋਂ ਵੱਡੀ ਪ੍ਰੋਵਿੰਸ ਪੰਜਾਬ, ਪੰਜਾਬ ਦੇ ਵਿੱਚ ਇੱਕ ਜਗ੍ਹਾ ਹੈ ਰਾਵਲਪਿੰਡੀ, ਰਾਵਲਪਿੰਡੀ ਦੇ ਵਿੱਚ ਇੱਕ ਜਗ੍ਹਾ ਹੈ ਆਪਣੀ ਤਕਸ਼ੀਲਾ ਯੂਨੀਵਰਸਿਟੀ। ਸੋ ਇਹ ਗੱਲ UPSC ਨੇ ਪਿਛਲੇ ਜੀਓ ਸਾਇੰਟਿਸਟ ਦੇ ਪੇਪਰ 'ਚ ਪੁੱਛੀ ਹੈ ਕਿ ਤਕਸ਼ੀਲਾ ਯੂਨੀਵਰਸਿਟੀ ਪਾਕਿਸਤਾਨ ਦੀ ਕਿਹੜੀ ਪ੍ਰੋਵਿੰਸ 'ਚ ਆ। ਬੈਕ ਟੂ ਦੀ ਬੇਸਿਕਸ, ਆ ਇਹ ਖੈਬਰ ਪਖਤੂਨਖਵਾ, ਇਹ ਪ੍ਰੋਵਿੰਸ ਪਾਕਿਸਤਾਨ ਦੀ ਅਜਿਹੀ ਪ੍ਰੋਵਿੰਸ ਆ ਜਿੱਥੇ ਪਾਕਿਸਤਾਨ 'ਚ ਟ੍ਰਾਈਬਲਸ ਰਹਿੰਦੇ ਆ, ਅਨੁਸੂਚਿਤ ਜਨਜਾਤੀ ਦੇ ਪਠਾਨ ਰਹਿੰਦੇ ਆ। ਇਹ ਪ੍ਰੋਵਿੰਸ ਇੰਨੀ ਇੰਪੋਰਟੈਂਟ ਕਿਉਂ ਆ? ਕਿਉਂਕਿ ਇਸੇ ਪ੍ਰੋਵਿੰਸ ਦੇ ਬਾਰਡਰ ਤੇ, ਇਸੇ ਪ੍ਰੋਵਿੰਸ ਦੇ ਇਸ ਬਾਰਡਰ ਤੇ 1897 ਦੀ 12 ਸਤੰਬਰ ਨੂੰ ਸਾਰਾਗੜੀ ਦੀ ਲੜਾਈ ਲੜੀ ਗਈ ਸੀ, ਜਿੱਥੇ 21+1 22 ਸਿੰਘ ਸ਼ਹੀਦ ਹੋਏ ਸੀ ਜਿਹੜੇ ਕਿ ਅੰਗਰੇਜ਼ਾਂ ਵੱਲੋਂ 36ਵੀਂ ਰੈਜੀਮੈਂਟ 'ਚ ਲੜ ਰਹੇ ਸੀ। ਖੈਰ ਐਡੀ ਲੰਮੀ ਕਹਾਣੀ ਕਿਉਂ ਸੁਣਾਉਣੀ, ਮੈਂ ਤੁਹਾਨੂੰ ਬਸ ਇਹ ਦੱਸਦਾ, ਤੁਹਾਨੂੰ ਪਤਾ ਆ ਪੂਰਾ ਪਾਕਿਸਤਾਨ ਆ 1947 'ਚ ਪਾਕਿਸਤਾਨ ਇੰਡੀਆ ਤੋਂ ਅੱਡ ਹੋ ਗਿਆ। ਤੁਸੀਂ ਸੋਚ ਕੇ ਦੇਖੋ, ਉਸ ਟਾਈਮ ਪਾਕਿਸਤਾਨ ਦੀ ਇੱਕ ਪਾਰਟੀ ਸੀ ਇੰਡੀਆ ਦੇ ਵਿੱਚ ਮੁਸਲਿਮ ਲੀਗ, ਜਿਹੜੀ ਚਾਹੁੰਦੀ ਸੀ ਵੱਖਰਾ ਦੇਸ਼ ਪਾਕਿਸਤਾਨ ਬਣਨਾ ਹੈ। ਉਹਨਾਂ ਨੂੰ ਪੁੱਛਿਆ ਕਿਉਂ, ਕਹਿੰਦੇ ਇਸ ਸਾਰੇ ਇਲਾਕੇ ਪਾਕਿਸਤਾਨ ਨੂੰ ਮਿਲਣੇ ਚਾਹੀਦੇ ਆ। ਕਹਿੰਦੇ ਜੀ ਕਿਉਂ? ਕਹਿੰਦੇ ਇੱਥੇ ਲੋਕ ਮੁਸਲਮਾਨ ਨੇ ਅਤੇ ਮੁਸਲਮਾਨਾਂ ਨੂੰ ਪਿਆਰ ਕਰਦੇ ਆ, ਇੱਥੇ ਕਾਂਗਰਸ ਪ੍ਰਤੀ ਨਫ਼ਰਤ ਆ, ਕਾਂਗਰਸ ਵਾਲਿਆਂ ਨੇ ਸ਼ੀਸ਼ਾ ਦਿਖਾਤਾ। ਕਹਿੰਦੇ ਤੁਹਾਡਾ 1946 'ਚ ਦੇਸ਼ ਦੀਆਂ ਇਲੈਕਸ਼ਨਸ ਤੋਂ ਪਹਿਲਾਂ, ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਵਾਲੇ ਸਾਲ 'ਚ ਜਦੋਂ ਇੰਡੀਆ 'ਚ 1946 ਦੇ ਇਲੈਕਸ਼ਨ ਹੋਏ ਨਾ, ਤੁਸੀਂ ਹੈਰਾਨ ਹੋ ਜਾਓਗੇ। ਖੈਬਰ ਪਖਤੂਨਖਾ, ਤੁਹਾਨੂੰ ਪਤਾ ਇੱਥੋਂ ਕਿਹੜੀ ਪਾਰਟੀ ਇਲੈਕਸ਼ਨ ਜਿੱਤੀ ਸੀ? ਕਾਂਗਰਸ। ਤੋਂ ਪੇਪਰ 'ਚ ਆ ਸਕਦਾ ਹੈ ਕਿ ਆਜ਼ਾਦੀ ਤੋਂ ਵੀ ਪਹਿਲਾਂ ਪਾਕਿਸਤਾਨ ਦੀ ਨੌਰਥ ਵੈਸਟ ਫਰੰਟੀਅਰ ਪ੍ਰੋਵਿੰਸ ਤੋਂ ਚੋਣਾਂ ਕਿਹੜੀ ਪਾਰਟੀ ਜਿੱਤੀ ਸੀ? ਬੰਦਾ ਸੋਚਦਾ ਮੁਸਲਿਮ ਲੀਗ ਜਿੱਤੀ ਹੋਊਗੀ ਆਜ਼ਾਦੀ ਵੇਲੇ, ਕਿਉਂਕਿ ਇਹ ਤਾਂ ਪਾਕਿਸਤਾਨ ਦਾ ਇਲਾਕਾ ਹੈ। ਕਾਂਗਰਸ ਵਾਲੇ ਜਿੱਤ ਗਏ ਸੀ। ਸੋ ਕਾਂਗਰਸ ਵਾਲੇ ਕੁਛ ਵੀ ਕਰ ਸਕਦੇ ਆ, ਜੋ ਇਹਨਾਂ ਨੇ ਯੂਪੀ 'ਚ ਕਰਤਾ, ਠੀਕ ਆ ਨਾ? ਜਿੱਥੋਂ ਜਿੱਥੋਂ ਸਾਨੂੰ ਲੱਗਦਾ ਹੁੰਦਾ ਕਿ ਕੁਛ ਵੀ ਹੋ ਸਕਦਾ, ਉੱਥੇ ਪਾਸਾ ਪਲਟ ਸਕਦੀ ਹੈ ਕਾਂਗਰਸ, ਤਾਂ ਹੀ ਕਾਂਗਰਸ ਤੋਂ ਸਾਰੇ ਡਰਦੇ ਆ ਕਿ 60 ਸਾਲ ਰਾਜ ਕੀਤਾ ਅਗਲਿਆਂ ਨੇ, ਇਹ ਹੀ ਨਾ ਜਾਣਿਓ ਤਜਰਬਾ ਬਹੁਤ ਤਗੜਾ ਹੈ। ਇਹਨਾਂ ਨੇ ਆਜ਼ਾਦੀ ਤੋਂ ਪਹਿਲਾਂ ਮੁਸਲਮਾਨਾਂ ਦੇ ਗੜ 'ਚ ਜਾ ਕੇ ਮੁਸਲਿਮ ਲੀਗ ਨੂੰ ਹਰਾਤਾ ਸੀ। ਸੋ ਇਹ ਬੜਾ ਇੰਪੋਰਟੈਂਟ ਕੁਸ਼ਚਨ ਆ। PPSC ਨੇ 2021 ਦੇ ਇੱਕ ਪੇਪਰ 'ਚ ਪੁੱਛਿਆ ਹੋਇਆ ਹੈ, 20 ਦੇ ਇੱਕ ਪੇਪਰ 'ਚ ਪੁੱਛਿਆ ਹੋਇਆ ਹੈ, ਅਤੇ ਪੇਪਰ ਦਾ ਨਾਮ ਆ PPSC ਪ੍ਰਿੰਸੀਪਲ। ਅੱਜ ਕੱਲ੍ਹ ਛੋਟੇ ਮੋਟੇ ਪੇਪਰਾਂ 'ਚ ਗਰੁੱਪ ਬੀ ਗਰੁੱਪ ਸੀ 'ਚ ਕਿਤੇ ਵੀ ਇਹੋ ਜਿਹੇ ਸਵਾਲ ਫਰੇਮ ਹੋ ਸਕਦੇ ਆ, ਆ ਸਕਦੇ ਆ। ਬੈਕ ਟੂ ਦੀ ਬੇਸਿਕਸ, ਓਪਰੇਸ਼ਨ ਕਾਮ ਧੇਨੂ। ਦੇਖੋ ਅਸਲ ਦੇ ਵਿੱਚ ਨਾ ਜੰਮੂ ਕਸ਼ਮੀਰ ਪੁਲਿਸ ਬੜੇ ਸਮੇਂ ਤੋਂ ਐਕਟੀਵੇਟ ਹੋ ਰਹੀ ਹੈ, ਠੀਕ ਆ? ਉੱਥੇ ਬਹੁਤ ਸਾਰੀ ਕੈਟਲ ਸਮਗਲਿੰਗ ਹੁੰਦੀ ਹੈ ਜੰਮੂ ਕਸ਼ਮੀਰ 'ਚ, ਉਹਨੂੰ ਰੋਕਣ ਵਾਸਤੇ ਜੰਮੂ ਕਸ਼ਮੀਰ ਦੀ ਪੁਲਿਸ ਨੇ ਇੱਕ ਸਪੈਸ਼ਲ ਇਨੀਸ਼ੀਏਟਿਵ ਲਿਆ ਹੈ ਓਪਰੇਸ਼ਨ ਕਾਮ ਧੇਨੂ। ਅਤੇ ਜਿਹੜੇ ਬੱਚਿਆਂ ਨੇ ਮੇਰੇ ਮਾਰਚ ਤੋਂ ਸ਼ੁਰੂ ਦੇ ਲੈਕਚਰ ਲਾਏ ਆ, ਤੁਹਾਨੂੰ ਸਭ ਨੂੰ ਯਾਦ ਹੋਊਗਾ ਓਪਰੇਸ਼ਨ ਮੈਤਰੀ, ਓਪਰੇਸ਼ਨ ਰਾਹਤ। ਮੈਂ ਲਗਾਤਾਰ 2022-23-24 ਮੈਂ ਸਭ ਕੁਝ ਦੱਸਿਆ ਹੈ ਕਿ ਯੂਕਰੇਨ ਤੋਂ ਬੱਚੇ ਬਚਾ ਕੇ ਲਿਆਂਦੇ ਕਿਹੜਾ ਓਪਰੇਸ਼ਨ, ਸੀਰੀਆ ਤੋਂ ਬੰਦੇ ਬਚਾ ਕੇ ਲਿਆਂਦੇ ਕਿਹੜਾ ਓਪਰੇਸ਼ਨ,
ਸੁਡਾਨ ਸਾਊਥ ਸੁਡਾਨ ਤੋਂ ਬੰਦੇ ਬਚਾ ਕੇ ਲਿਆਂਦੇ, ਕਿਹੜਾ ਆਪਰੇਸ਼ਨ? ਅਸੀਂ ਯਮਨ ਤੋਂ ਬੰਦੇ ਬਚਾ ਕੇ ਲਿਆਂਦੇ, ਨੇਪਾਲ ਦੇ ਅਰਥਕਵੇਕ ਚੋਂ ਬੰਦੇ ਬਚਾ ਕੇ ਲਿਆਂਦੇ, ਅਸੀਂ ਆਪਣੇ ਕਰੋਨਾ ਚੋਂ ਬੰਦੇ ਬਚਾ ਕੇ ਲਿਆਂਦੇ। ਸਾਰੇ ਆਪਰੇਸ਼ਨਸ ਨੂੰ ਭਾਰਤ ਸਰਕਾਰ ਨੇ ਵੱਖਰੇ ਵੱਖਰੇ ਨਾਮ ਦਿੱਤੇ ਆ, ਤੇ ਲੈਕਚਰ ਨੰਬਰ 6 ਚ ਪੂਰੀ ਦੀ ਪੂਰੀ ਲਿਸਟ ਪਾਈ ਹੋਈ ਹੈ ਮੈਂ। ਸੋ ਬੱਚੇ ਪਲੀਜ਼ ਕੋਈ ਵੀ ਚੀਜ਼ ਸਕਿਪ ਨਾ ਕਰ ਦਿਓ, ਕਿਉਂਕਿ ਮੈਂ ਜਦੋਂ ਇੱਥੇ ਜੰਮੂ ਕਸ਼ਮੀਰ ਬਾਰੇ ਕੁਝ ਦੱਸਣਾ ਚਾਹੁੰਦਾ ਤਾਂ ਕਿ ਜੰਮੂ ਕਸ਼ਮੀਰ ਕਰੰਟ ਅਫੇਅਰਸ ਚ ਆ। ਤਾਂ ਦੇਖੋ ਜੰਮੂ ਕਸ਼ਮੀਰ ਬਾਰੇ ਮੈਂ ਇੱਕ ਚੀਜ਼ ਤੁਹਾਨੂੰ ਜ਼ਰੂਰ ਦੱਸਦਾ, ਜੰਮੂ ਕਸ਼ਮੀਰ ਦੀਆਂ ਮਾਊਂਟੇਨ ਰੇਂਜਿਸ ਨੇ ਇਹ ਕਈ ਵਾਰੀ ਪੇਪਰ 'ਚ ਬਹੁਤ ਆਉਂਦੀਆਂ। ਜਿਵੇਂ ਸਭ ਤੋਂ ਪਹਿਲਾਂ ਆਪਾਂ ਨੂੰ ਕਿਸੇ ਨੇ ਕਹਿਤਾ ਕਿ ਆ ਜੰਮੂ ਕਸ਼ਮੀਰ ਦੇ ਵਿੱਚ ਕੋਰਾਕੋਰਮ ਰੇਂਜ ਆ, ਉਸ ਤੋਂ ਬਾਅਦ ਲਦਾਖ ਰੇਂਜ ਆ, ਉਸ ਤੋਂ ਬਾਅਦ ਜਸਕਰ ਰੇਂਜ ਆ, ਉਸ ਤੋਂ ਬਾਅਦ ਹਿਮਾਲਿਅਨ ਰੇਂਜ ਆ, ਹਿਮਾਲਿਅਨ ਰੇਂਜ ਤੋਂ ਬਾਅਦ ਪੀਰ ਪੰਜਾਲ ਦੀਆਂ ਪਹਾੜੀਆਂ, ਪੀਰ ਪੰਜਾਲ ਤੋਂ ਬਾਅਦ ਧੌਲਾਧਰ ਦੀਆਂ ਪਹਾੜੀਆਂ। ਤੁਸੀਂ ਕਹੋਗੇ ਸਰ ਇਹ ਕਿਉਂ ਬੋਲੀਆਂ? ਸਾਡੇ ਪੇਪਰਾਂ 'ਚ ਤਾਂ ਇਹ ਵੀ ਪੇਪਰ 'ਚ ਆ ਜਾਂਦਾ ਕਿ ਇਹਨਾਂ ਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ ਅਰੇਂਜ ਕਰੋ। ਸਾਨੂੰ ਪੇਪਰ 'ਚ ਇਹ ਵੀ ਆ ਸਕਦਾ ਕਿ ਕਸ਼ਮੀਰ ਦੀਆਂ, ਕਸ਼ਮੀਰ ਇੱਕ ਖਾਈ ਆ, ਅੰਗਰੇਜ਼ੀ 'ਚ ਉਹਨੂੰ ਕਹਿ ਦਿੰਦੇ ਘਾਟੀ ਜਾਂ ਵੈਲੀ, ਕਸ਼ਮੀਰ ਵੈਲੀ ਕਿਹੜੀਆਂ ਦੋ ਰੇਂਜਿਸ ਦੇ ਵਿੱਚ ਆਉਂਦੀ ਆ? ਪੀਰ ਪੰਜਾਲ ਅਤੇ ਹਿਮਾਲਿਅਨ ਰੇਂਜ ਦੇ ਵਿੱਚ। ਇਹੋ ਜਿਹੇ ਸਵਾਲ ਪੇਪਰ 'ਚ ਸਿੱਧੇ ਸਿੱਧੇ ਆਉਂਦੇ ਆ। ਖੈਰ ਮੈਂ ਜਸਟ, ਕਿਉਂਕਿ ਓਬੀਅਸ ਜੀ ਗੱਲ ਆ, ਮੈਂ ਇਹ ਮੈਪ ਲੈ ਕੇ ਆਇਆ। ਇੱਥੇ ਇੰਡੀਆ ਦੀ ਸਭ ਤੋਂ ਵੱਡੀ ਫਰੈਸ਼ ਵਾਟਰ ਲੇਕ ਆ, ਫਰੈਸ਼ ਵਾਟਰ ਲੇਕ ਹੁੰਦਾ ਜਿਹਦਾ ਪਾਣੀ ਨਮਕੀਨ ਵਾਲਾ ਨਾ ਹੋਵੇ, ਖਾਰਾ ਪਾਣੀ ਨਾ ਹੋਵੇ। ਸੋ ਉਹ ਵੁਲਾਰ ਲੇਕ ਜਿਹੜੀ ਕਿ ਜੇਹਲਮ ਦਰਿਆ ਨਾਲ ਐਸੋਸੀਏਟਡ ਆ, ਉਹ ਇੰਡੀਆ ਦੀ ਸਭ ਤੋਂ ਵੱਡੀ ਫਰੈਸ਼ ਵਾਟਰ ਲੇਕ ਆ। ਬੈਕ ਟੂ ਦੀ ਬੇਸਿਕਸ, ਠੀਕ ਆ। ਹੁਣ ਜੇ ਆਪਾਂ ਕਸ਼ਮੀਰ ਬਾਰੇ ਗੱਲ ਕਰੀਏ ਤਾਂ ਕਸ਼ਮੀਰ ਦੀ ਰਾਜਧਾਨੀ ਬਾਰੇ ਦੱਸਤਾ, ਕਸ਼ਮੀਰ ਨੇ ਇੰਸਟਰੂਮੈਂਟ ਆਫ ਐਕਸੈਸ਼ਨ, ਕਸ਼ਮੀਰ ਦੇ ਅਖੀਰਲੇ ਰਾਜੇ ਹਰੀ ਸਿੰਘ ਨੇ ਭਾਰਤ 'ਚ ਮਿਲਣ ਵਾਲੇ ਦਸਤਾਵੇਜ਼ 'ਤੇ ਸਾਈਨ 26 ਅਕਤੂਬਰ 1947 ਨੂੰ ਕੀਤੇ। ਕਿਹੜੀਆਂ ਕਿਹੜੀਆਂ ਸਟੇਟਸ ਦੇ ਨਾਲ ਬਾਉਂਡਰੀ ਲੱਗਦੀ ਆ? ਹਿਮਾਚਲ ਨਾਲ ਲੱਗਦੀ ਆ, ਪੰਜਾਬ ਨਾਲ ਲੱਗਦੀ ਆ, ਪਲੱਸ ਲਦਾਖ ਯੂਟੀ ਨਾਲ ਲੱਗਦੀ ਆ। ਇੰਟਰਨੈਸ਼ਨਲੀ ਪਾਕਿਸਤਾਨ, ਚਾਈਨਾ ਅਤੇ ਅਫਗਾਨਿਸਤਾਨ। ਅਫਗਾਨਿਸਤਾਨ ਦੇ ਨਾਲ ਜੰਮੂ ਕਸ਼ਮੀਰ ਦਾ ਕੇਵਲ 64 ਕਿਲੋਮੀਟਰ ਦਾ ਏਰੀਆ ਲੱਗਦਾ ਹੈ, ਉਹ ਵੀ ਪਤਾ ਕਿੱਥੋਂ? POK 'ਚ, ਜਿਹੜਾ ਪਾਕਿਸਤਾਨ ਓਕੂਪਾਈਡ ਕਸ਼ਮੀਰ ਆ। ਬੱਚੇ ਤੁਹਾਡੇ 'ਚੋਂ ਬਹੁਤਿਆਂ ਨੂੰ ਪਤਾ ਹੋਊਗਾ ਕਿ ਕਸ਼ਮੀਰ ਦਾ ਇੱਕ ਹਿੱਸਾ ਪਾਕਿਸਤਾਨ ਦੇ ਕਬਜ਼ੇ 'ਚ ਆ। ਜੇ ਕੋਈ ਮੈਨੂੰ ਪੁੱਛੇ ਕਿਹੜਾ, ਤਾਂ ਮੈਂ ਦੱਸੂਗਾ ਆਹ ਸਾਰਾ ਹਿੱਸਾ ਪਾਕਿਸਤਾਨ ਦੇ ਕਬਜ਼ੇ 'ਚ ਆ, ਜਿਹੜਾ ਆਹ ਵਾਲਾ ਹਿੱਸਾ ਹੈ, ਠੀਕ ਆ। ਸੋ ਜਿਹੜਾ ਪਾਕਿਸਤਾਨ ਦੇ ਹਿੱਸੇ 'ਚ ਕਸ਼ਮੀਰ ਆ, ਉਸ ਹਿੱਸੇ 'ਚ ਦੋ ਚੀਜ਼ਾਂ ਨੇ। ਜਿਹੜਾ ਟੌਪ ਵਾਲਾ ਹਿੱਸਾ ਹੈ ਇਹਨੂੰ ਪਾਕਿਸਤਾਨ ਵਾਲੇ ਕਹਿੰਦੇ ਆ ਗਿਲਗਿਟ ਬਾਲਿਸਤਾਨ, ਅਤੇ ਜਿਹੜਾ ਆਹ ਵਾਲਾ ਹੈ ਇਹਨੂੰ ਕਹਿੰਦੇ ਆ ਆਜ਼ਾਦ ਕਸ਼ਮੀਰ। ਇੰਡੀਆ ਇਹਨਾਂ ਦੋਵਾਂ ਨੂੰ ਜੋੜ ਕੇ ਕਹਿੰਦਾ ਹੈ POK, ਪਾਕਿਸਤਾਨ ਓਕੂਪਾਈਡ ਕਸ਼ਮੀਰ। ਗੱਲਾਂ 'ਚੋਂ ਗੱਲ ਨਿਕਲ ਕੇ ਆਈ ਹੈ ਤਾਂ ਕਿਉਂ ਨਾ ਗੱਲ ਤੋਰੀ ਜਾਵੇ। ਇੱਕ ਗੱਲ ਹੋਰ ਦੱਸਦਾ, ਜਿਹੜੀ ਤਾਂ ਆ ਬਾਹਰਲੇ ਬਾਹਰਲੇ ਪਾਸੇ ਇੰਡੀਆ ਦੀ ਬਾਉਂਡਰੀ ਆ, ਇਹਨੂੰ ਲੋਕ ਕਹਿੰਦੇ ਆ ਰੈੱਡ ਕਲਿਫ ਲਾਈਨ। ਪਰ ਜਿਹੜੀ ਲਾਈਨ ਆ ਏ ਜਿੱਥੇ ਪਾਕਿਸਤਾਨ ਜਿੱਥੋਂ ਤੱਕ ਕਬਜ਼ਾ ਕਰੀ ਬੈਠਾ ਹੈ, ਉਸ ਲਾਈਨ ਦਾ ਨਾਮ ਆ LOC। ਕੀ ਨਾਮ ਆ ਜੀ? ਲਾਈਨ ਆਫ ਕੰਟਰੋਲ। ਹੁਣ ਇੱਕ ਸਵਾਲ ਪੇਪਰ 'ਚ ਆਉਂਦਾ ਹੁੰਦਾ ਹੈ ਕਿ ਸਰ ਇਹ ਲਾਈਨ ਆਫ ਕੰਟਰੋਲ ਨੂੰ ਡਿਕਲੇਅਰ ਕਦੋਂ ਕੀਤਾ ਗਿਆ ਸੀਗਾ? ਇਹ ਬੜਾ ਇੰਪੋਰਟੈਂਟ ਸਵਾਲ ਆ। ਦੇਖੋ ਪਾਕਿਸਤਾਨ ਨੇ ਸਾਡੇ ਦੇਸ਼ 'ਤੇ 47 'ਚ ਹੀ ਇਸ ਇਲਾਕੇ 'ਤੇ ਕਬਜ਼ਾ ਕਰ ਲਿਆ ਸੀ, ਉਦੋਂ ਅਸੀਂ ਇਸ ਲਾਈਨ ਨੂੰ ਆਫੀਸ਼ਲੀ ਨਹੀਂ ਮੰਨਿਆ। ਅਸੀਂ ਇਸ ਲਾਈਨ ਨੂੰ ਮੰਨਿਆ ਜਾ ਕੇ ਜਨਵਰੀ 1972 ਦੇ ਵਿੱਚ। ਤੁਸੀਂ ਕਹੋਗੇ ਸਰ ਇੱਦਾਂ ਕਿਉਂ ਕੀਤਾ ਕਿ ਅਸੀਂ ਜਨਵਰੀ 1972 ਦੇ ਵਿੱਚ ਇਹ ਮੰਨ ਲਿਆ ਕਿ ਲਾਈਨ ਆਫ ਕੰਟਰੋਲ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਸੀਜ਼ ਫਾਇਰ ਦੀ ਲਾਈਨ ਆ, ਜਿੱਥੋਂ ਅਸੀਂ ਇੱਕ ਦੂਜੇ 'ਤੇ ਹਮਲਾ ਨਹੀਂ ਕਰਾਂਗੇ, ਕਿਉਂਕਿ ਪਾਕਿਸਤਾਨ ਨੇ ਵੀ ਮੰਨ ਲਿਆ ਸੀ ਕਿ ਈਸਟ ਪਾਕਿਸਤਾਨ ਹੁਣ ਸਾਡਾ ਭਾਗ ਨਹੀਂ ਗਾ, ਉਹ ਇੱਕ ਆਜ਼ਾਦ ਦੇਸ਼ ਆ ਬੰਗਲਾਦੇਸ਼। ਸੋ ਅਸੀਂ ਉਹਨਾਂ ਤੋਂ ਐਡਾ ਵੱਡਾ ਦੇਸ਼ ਤੜਵਾਤਾ, ਅਤੇ ਫਿਰ ਉਹਦੇ ਬਦਲੇ ਜੇ ਉਹਨਾਂ ਨੂੰ ਇਹ ਵੀ ਕਹਿਤਾ ਕਿ ਚਲੋ ਆਪਾਂ ਸੀਜ਼ ਫਾਇਰ ਵਾਸਤੇ ਇਹਨੂੰ ਫਾਈਨਲ ਮੰਨ ਲੈਂਦੇ ਹਾਂ। ਪੇਪਰ 'ਚ ਆਉਂਦਾ ਹੁੰਦਾ ਕਿ ਇਸ ਸਮਝੌਤੇ ਨੂੰ ਕਿਹਾ ਕੀ ਜਾਂਦਾ ਹੈ? ਇਸ ਸਮਝੌਤੇ ਨੂੰ ਕਿਹਾ ਜਾਂਦਾ ਹੈ ਸ਼ਿਮਲਾ ਐਗਰੀਮੈਂਟ। ਕੀ ਕਿਹਾ ਜਾਂਦਾ ਹੈ ਜੀ? ਸ਼ਿਮਲਾ ਐਗਰੀਮੈਂਟ।
ਤੋਂ ਪੇਪਰ 'ਚ ਇੱਕ ਸਵਾਲ ਆ ਸਕਦਾ ਕਿ ਸਰ ਵਟ ਇਜ਼ ਸ਼ਿਮਲਾ ਅਕੋਰਡ, ਵਟ ਇਜ਼ ਸ਼ਿਮਲਾ ਅਕੋਰਡ 1914। ਹੁਣ ਮੈਂ ਵਾਰ ਵਾਰ ਇੱਕ ਗੱਲ ਕਹਿ ਰਿਹਾ, ਚੀਜ਼ਾਂ ਨੂੰ ਰਿਟੇਨ ਕਰਨਾ, ਚੀਜ਼ਾਂ ਨੂੰ ਨੋਟ ਕਰਨਾ ਜ਼ਿੰਮੇਵਾਰੀ ਤੁਹਾਡੀ ਹੈ। ਜਾਂ ਤਾਂ ਟੀਚਰ ਨੂੰ ਕਹੋ ਕਿ ਥੋੜ੍ਹਾ ਪੜ੍ਹਾ, ਠੀਕ ਆ, ਅਤੇ ਅਸੀਂ ਥੋੜ੍ਹਾ ਜਿਹਾ ਪੜ੍ਹ ਕੇ ਸਾਰ ਲਾਂਗੇ। ਜਾਂ ਟੀਚਰ ਨੂੰ ਕਹੋ ਕਿ ਪੜ੍ਹਾ ਦੇ ਤੂੰ ਜ਼ਿਆਦਾ, ਲਿਖ ਲੁਖ ਅਸੀਂ ਆਪੇ ਲਵਾਂਗੇ, ਪਰ ਸਾਨੂੰ ਘੱਟੋ ਘੱਟ ਸੀਕੁਐਂਸ, ਇੱਕ ਕਹਾਣੀ ਤਾਂ ਪਤਾ ਲੱਗ ਰਹੀ ਹੈ। ਆਹ ਲਓ ਜੀ ਸ਼ਿਮਲਾ ਅਕੋਰਡ ਕੀ ਹੈ। ਤੁਹਾਨੂੰ ਪਤਾ ਇੰਡੀਆ ਦਾ ਇੱਧਰਲੇ ਪਾਸੇ ਇੱਕ ਗਵਾਂਢੀ ਦੇਸ਼ ਚਾਈਨਾ ਵੀ ਆ। ਚਾਈਨਾ ਦੇ ਨਾਲ ਸਾਡਾ ਰੌਲਾ ਤਾਂ ਬੜਾ ਪੁਰਾਣਾ ਹੈ, ਪਰ ਪਹਿਲੀ ਵਾਰ ਇੰਡੀਆ ਅਤੇ ਚਾਈਨਾ ਦੇ ਵਿਚਲਾ ਜਿਹੜਾ ਰੌਲਾ ਸੀ ਨਾ, ਇਹਦਾ ਨਪੇੜਾ ਨਿਬੜਿਆ ਜਾ ਕੇ 1870 'ਚ। ਇੰਡੀਆ ਅਤੇ ਚਾਈਨਾ ਦੇ ਵਿੱਚ ਇੱਕ ਲਾਈਨ ਫਿਕਸ ਹੋ ਗਈ, ਜੌਨਸਨ ਲਾਈਨ, ਨੋਟ ਕਰ ਲਿਓ ਕਿਹੜੀ, ਜੌਨਸਨ। 1914 'ਚ ਚਾਈਨੀਜ਼ ਲੋਕਾਂ ਨੇ ਭਾਰਤ ਸਰਕਾਰ ਨਾਲ ਫੇਰ ਗੱਲ ਕੀਤੀ। ਉਦੋਂ ਕਿਹੜਾ ਭਾਰਤ ਸਰਕਾਰ ਸੀ, ਮਤਲਬ ਅੰਗਰੇਜ਼ ਹਕੂਮਤ ਨਾਲ ਇੱਕ ਗੱਲ ਕੀਤੀ ਕਿ ਬਈ ਬਾਰਡਰ ਗੜਬੜਾ ਹੈ। ਸੋ 1914 'ਚ ਸ਼ਿਮਲੇ 'ਚ ਬੈਠ ਕੇ ਚਾਈਨਾ ਦੀ ਸਰਕਾਰ ਅਤੇ ਭਾਰਤ ਦੀ ਬ੍ਰਿਟਿਸ਼ ਹਕੂਮਤ ਨੇ ਇੱਕ ਨਵੀਂ ਲਾਈਨ ਫਿਕਸ ਕਰ ਲਈ, ਜਿਹਨੂੰ ਕਿਹਾ ਗਿਆ ਮੈਕਮਹਨ ਲਾਈਨ। ਮੈਕਮਹਨ ਲਾਈਨ ਵੀ ਚਾਈਨੀਜ਼ ਲੋਕਾਂ ਨੇ ਦਬਾਅ 'ਚ ਹੀ ਮੰਨੀ। ਉਹ ਕਹਿੰਦੇ ਨਹੀਂ ਸੀ ਕਿ ਇਹ ਲਾਈਨ ਫਾਈਨਲ ਆ, ਕਹਿੰਦੇ ਚਲੋ ਕੋਈ ਨਹੀਂ, ਅੱਜ ਫਾਈਨਲ ਆ, ਫੇਰ ਦੀ ਫੇਰ ਦੇਖਾਂਗੇ। 1947 ਤੋਂ ਬਾਅਦ ਉਹਨਾਂ ਨੇ ਸਾਡੇ 'ਤੇ ਕਰਕੇ ਇੰਨੇ ਹਿੱਸੇ 'ਤੇ ਕਬਜ਼ਾ ਨਾ, ਸਾਨੂੰ ਇਸ ਜਗ੍ਹਾ ਤੱਕ ਆਪਣੇ ਅੰਦਰ ਲੈ ਗਏ। ਇਹਨੂੰ ਅੱਜ ਵੀ ਅਸੀਂ ਕੀ ਕਹਿੰਦੇ ਹਾਂ, LAC। ਇਸ LAC ਦੇ ਇੱਧਰਲਾ ਪਾਸਾ ਅੱਜ ਪਾਕਿਸਤਾਨ ਦੇ ਨਹੀਂ, ਚਾਈਨਾ ਦੇ ਕਬਜ਼ੇ 'ਚ ਆ। ਇਹਨੂੰ ਅਸਕਾਈ ਚੀਨ ਕਹਿੰਦੇ ਆ, ਅਤੇ ਇਸ ਲਾਈਨ ਨੂੰ ਕਹਿੰਦੇ ਆ ਲਾਈਨ ਆਫ ਐਕਚੁਅਲ ਕੰਟਰੋਲ। ਸੋ ਹੁਣ ਮੈਨੂੰ ਲੱਗਦਾ ਕਿ ਤੁਹਾਨੂੰ ਸ਼ਿਮਲਾ ਐਗਰੀਮੈਂਟ, ਸ਼ਿਮਲਾ ਅਕੋਰਡ, ਲਾਈਨ ਆਫ ਕੰਟਰੋਲ, ਲਾਈਨ ਆਫ ਐਕਚੁਅਲ ਕੰਟਰੋਲ, ਇੱਧਰਲੇ ਪਾਸੇ ਪਾਕਿਸਤਾਨ ਨਾਲ ਰੈੱਡ ਕਲਿਫ ਲਾਈਨ, ਚਾਈਨਾ ਨਾਲ ਦੋ ਲਾਈਨਾਂ, ਪਹਿਲਾਂ ਸੀ ਜੌਨਸਨ ਲਾਈਨ ਅਤੇ ਫਿਰ ਕਿਹੜੀ, ਮੈਕਮਹਨ ਲਾਈਨ, ਅਤੇ ਇੱਕ ਪਾਸੇ ਸ਼ਿਮਲਾ ਐਗਰੀਮੈਂਟ, ਇੱਕ ਪਾਸੇ ਸ਼ਿਮਲਾ ਅਕੋਰਡ। ਪੰਜਾਬੀ ਦੋਵਾਂ ਦੀ ਬਣਦੀ ਹੈ ਸ਼ਿਮਲਾ ਸਮਝੌਤਾ। ਸੋ ਉਮੀਦ ਕਰਦਾ ਇੰਨੀ ਹੈਵੀ ਇਨਫੋਰਮੇਸ਼ਨ ਤੋਂ ਬਾਅਦ ਤੁਸੀਂ ਕਹੋਗੇ ਕਿ ਸਰ ਇੱਕ ਸਵਾਲ ਸੀਗਾ ਜਿਹੜਾ ਆਇਆ ਸੀ, ਤੁਸੀਂ ਇੱਕ ਵਾਰੀ ਮਾੜਾ ਜਿਹਾ ਹੁਣ ਇਹ ਦੱਸ ਦਿਓ ਕਿ ਸਵਾਲ ਕੀ ਸੀ, ਕਿ ਓਪਰੇਸ਼ਨ ਕਾਮਧੇਨੂ ਕੀ ਆ। ਇੱਕ ਓਪਰੇਸ਼ਨ ਜਿਹੜਾ ਕਿ ਕੈਟਲ ਜਿਹੜੇ ਆ, ਮਤਲਬ ਕਿ ਸਾਡੇ ਜਿਹੜਾ ਪਸ਼ੂ ਧਨ ਆ ਉਹਨਾਂ ਦੀ ਸਮਗਲਿੰਗ ਨੂੰ ਰੋਕਣ ਵਾਸਤੇ ਜੰਮੂ ਕਸ਼ਮੀਰ ਦੀ ਸਰਕਾਰ ਦਾ ਇੱਕ ਉਪਰਾਲਾ ਹੈਗਾ ਹੈ, ਠੀਕ ਆ। ਸੋ ਆਹ ਵੀ ਇੱਕ ਬੜੀ ਸੋਹਣੀ ਇਨਫੋਰਮੇਸ਼ਨ ਆ ਕਿ ਜੰਮੂ ਕਸ਼ਮੀਰ 'ਚ ਦਰਿਆ ਕਿਹੜੇ ਕਿਹੜੇ ਆ। ਜੰਮੂ ਕਸ਼ਮੀਰ ਦਾ ਸਟੇਟ ਐਨੀਮਲ ਹੰਗੂਲ ਆ। ਜੰਮੂ ਕਸ਼ਮੀਰ 'ਚ ਡੰਚਿੰਗਮ ਨੈਸ਼ਨਲ ਪਾਰਕ ਆ ਸ਼੍ਰੀਲੰਕਾ 'ਚ। 10 ਪਿੰਡਾਂ ਦੀ ਜ਼ਮੀਨ ਲੈ ਕੇ ਸਪੈਸ਼ਲ ਨੈਸ਼ਨਲ ਪਾਰਕ ਡਿਵੈਲਪ ਕੀਤਾ ਗਿਆ। ਕਿਸ਼ਤਵਾਰ ਨੈਸ਼ਨਲ ਪਾਰਕ, ਸਲੀਮ ਅਲੀ ਨੈਸ਼ਨਲ ਪਾਰਕ, ਕਾਜ਼ੀ ਨੰਗ ਨੈਸ਼ਨਲ ਪਾਰਕ। ਸੋ 4 ਨੈਸ਼ਨਲ ਪਾਰਕ ਸ਼ਿਮਲੇ 'ਚ ਇਸ ਟਾਈਮ ਹੈਗੇ, ਜੰਮੂ ਕਸ਼ਮੀਰ 'ਚ। ਡੱਲ ਲੇਕ, ਪੌਂਗਸੋ, ਇਹ ਉੱਥੇ ਚਲੇਗੀ ਸੋਮਰੀ, ਲਦਾਖ ਦੀਆਂ ਲੇਕਸ ਆ ਗਈਆਂ। ਅਤੇ ਰਾਮਸਰ ਵੈਟਲੈਂਡਸ, ਠੀਕ ਆ, ਇਹ ਉੱਥੋਂ ਦੀਆਂ ਕੁਛ, ਇਹ ਮਤਲਬ ਮੈਂ ਜੰਮੂ ਕਸ਼ਮੀਰ ਅਤੇ ਲਦਾਖ ਦੀਆਂ ਇਕੱਠੀਆਂ ਹੀ ਦੱਸਦੀਆਂ, ਠੀਕ ਆ, ਕਿਉਂਕਿ ਇਹ ਮੈਂ ਰਾਮਸਰ ਵੈਟਲੈਂਡਸ ਬਾਰੇ ਅਕਸਰ ਕਹਿੰਦਾ ਹੁੰਦਾ ਕਿ ਅਸਲ ਦੇ ਵਿੱਚ ਇੱਕ ਸ਼ਹਿਰ ਆ ਇਰਾਨ ਦਾ ਰਾਮਸਰ, ਜਿੱਥੇ ਬੈਠ ਕੇ ਇਹ ਡਿਸਾਈਡ ਕੀਤਾ ਗਿਆ ਸੀ ਕਿ ਦੁਨੀਆ ਦੇ ਵਿੱਚ ਇਹੋ ਜਿਹੀਆਂ ਦਲਦਲੀ ਧਰਤੀਆਂ, ਉੱਥੇ ਉਹਨਾਂ ਨੇ ਬਕਾਇਦਾ ਉਹਦੀ ਇੱਕ ਡੈਫੀਨੇਸ਼ਨ ਦਿੱਤੀ ਕਿ ਘੱਟੋ ਘੱਟ ਇੰਨੇ ਫਿੱਟ ਤੱਕ ਇੰਨਾ ਪਾਣੀ ਉਸ ਧਰਤੀ 'ਤੇ ਰਹਿਣਾ ਚਾਹੀਦਾ ਹੈ, ਉਹ ਇੱਕ ਮਾਰਸ਼ੀ ਦਲਦਲੀ ਭੂਮੀ ਹੋਣੀ ਚਾਹੀਦੀ ਆ। ਉਹਨਾਂ ਨੇ 2 ਫਰਵਰੀ 1971 ਨੂੰ ਇਰਾਨ ਦੇ ਸ਼ਹਿਰ ਰਾਮਸਰ 'ਚ ਬੈਠ ਕੇ ਇੱਕ ਡੈਫੀਨੇਸ਼ਨ ਫਿਕਸ ਕਰਤੀ ਕਿ ਆਹ ਡੈਫੀਨੇਸ਼ਨ ਵੈਟਲੈਂਡ ਦੀ ਆ, ਅਤੇ ਜਿਹੜੀ ਵੀ ਦੁਨੀਆ ਦੇ ਵਿੱਚ ਦਲਦਲ ਜਾਂ ਤਰ ਭੂਮੀ ਇਸ ਡੈਫੀਨੇਸ਼ਨ ਨੂੰ ਫਿੱਟ ਕਰੂਗੀ, ਫਿੱਟ ਹੋਊਗੀ, ਉਹਨੂੰ ਰਾਮਸਰ ਸਾਈਟ ਕਿਹਾ ਜਾਊਗਾ। ਉਹਦੇ ਮੁਤਾਬਕ ਪੰਜਾਬ ਭਾਰਤ ਦੇ ਵਿੱਚ 80 ਰਾਮਸਰ ਸਾਈਟਸ ਨੇ। ਅਤੇ ਤੁਹਾਡੀ ਜਾਣਕਾਰੀ ਲਈ ਦੱਸਦਾ, ਜੇ ਮੈਂ ਗਲਤ ਨਾ ਹੋਵਾਂ, ਹੋ ਵੀ ਸਕਦਾ, ਸਭ ਤੋਂ ਵੱਧ 17 ਜਾਂ 18 ਤਾਮਿਲਨਾਡੂ 'ਚ,
ਦੂਜੇ ਨੰਬਰ ਤੇ ਯੂਪੀ ਚ ਆ ਤੇ ਪੰਜਾਬ ਚ 6 ਤਰ ਭੂਮੀਆਂ ਹੈ। ਅੰਗਰੇਜ਼ੀ ਵਿੱਚ ਸ਼ਬਦ ਵੈਟਲੈਂਡ ਆ ਤੇ ਪੰਜਾਬੀ ਦੇ ਵਿੱਚ ਸ਼ਬਦ ਤਰ ਭੂਮੀ ਆ। ਪੰਜਾਬ ਚ 6 ਵੈਟਲੈਂਡਸ ਨੇ। ਮੋਸਟ ਇੰਪੋਰਟੈਂਟ ਗੱਲ, ਬੈਕ ਟੂ ਦੀ ਬੇਸਿਕਸ, ਕਿਉਂਕਿ ਆਪਣਾ ਸਵਾਲ ਵੈਟਲੈਂਡਸ ਦਾ ਨਹੀਂ ਸੀ ਨਾ, ਬਟ ਆਪਾਂ ਨੂੰ ਇਹ ਵੀ ਗੱਲ ਕਲੈਰਿਟੀ ਨਾਲ ਹੋ ਗਈ। ਕਹਿੰਦੇ ਦੁਨੀਆ ਦਾ ਦੂਜਾ ਸਭ ਤੋਂ ਤਗੜਾ ਮੋਬਾਈਲ ਫੋਨ ਪ੍ਰੋਡਿਊਸਿੰਗ ਕੰਟਰੀ ਜਿਹੜਾ ਹੈ ਉਹ ਇੰਡੀਆ ਹੋ ਗਿਆ। ਸੋ ਇਹ ਇੱਕ ਬੇਸਿਕਲੀ ਰੀਸੈਂਟਲੀ ਇੱਕ ਰਿਪੋਰਟ ਆਈ ਹੈ ਜਿਹਦੇ 'ਚ ਦੱਸਿਆ ਗਿਆ ਕਿ ਇੰਡੀਆ ਜਿਹੜਾ ਹੈ ਉਸ ਦੁਨੀਆ ਦਾ ਸਭ ਤੋਂ ਤਗੜਾ ਸੈਕਿੰਡ ਲਾਰਜੈਸਟ ਮੋਬਾਈਲ ਪ੍ਰੋਡਿਊਸਰ ਬਣਿਆ ਹੈ। ਖੈਰ ਇਹਦੇ ਤੋਂ ਇੱਕ ਚੀਜ਼ ਬੜੀ ਕਲੈਰਿਟੀ ਨਾਲ ਨਿਕਲ ਕੇ ਆਈ ਆ, ਭਾਰਤ ਸਰਕਾਰ ਦਾ ਕੋਰੋਨਾ ਤੋਂ ਬਾਅਦ ਚਲਾਇਆ ਗਿਆ ਇਨੀਸ਼ੀਏਟਿਵ ਆਤਮ ਨਿਰਭਰ ਭਾਰਤ, ਜਿਹਦੇ ਤਹਿਤ ਭਾਰਤ ਦੀ ਇੰਡਸਟਰੀ ਨੂੰ, ਭਾਰਤ ਦੀਆਂ ਫੈਕਟਰੀਜ਼ ਨੂੰ ਆਤਮ ਨਿਰਭਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਠੀਕ ਹੈ, ਸੋ ਕੋਈ ਬਹੁਤ ਜ਼ਿਆਦਾ ਡਿਟੇਲ 'ਚ ਕੁਸ਼ਚਨ ਨਹੀਂ ਸੀਗਾ। ਨੈਕਸਟ, ਹਾਂ, ਸੋ ਇਹ ਹੁਣ ਤੱਕ ਦੇ ਕਰੰਟ ਅਫੇਅਰ ਸੀ। ਤੁਹਾਨੂੰ ਮੈਂ ਦੱਸਿਆ ਨਾ ਕਿ ਇੱਕ ਲਗਾਤਾਰ ਇੰਨੀ ਕੁ 30 ਮਿੰਟ ਦੇ ਅਰਾਊਂਡ ਦੀ ਇੱਕ ਵੀਡੀਓ ਤੁਹਾਡੇ ਤੱਕ ਪਹੁੰਚੇ, ਅਤੇ ਤੁਸੀਂ ਉਹਨੂੰ ਚੰਗੀ ਤਰ੍ਹਾਂ ਦੇਖ ਕੇ ਆਪਣੇ ਨੋਟਸ ਦੇ ਵਿੱਚ ਜ਼ਰੂਰ ਤਬਦੀਲ ਕਰੋ ਤਾਂ ਜੋ ਤੁਹਾਨੂੰ ਵੱਧ ਤੋਂ ਵੱਧ ਉਹਦੀ ਆਊਟਪੁੱਟ ਮਿਲ ਸਕੇ। ਸੋ ਜਿਹੜੇ ਐਸਪੀਰੈਂਟਸ ਇਹਨਾਂ ਲੈਕਚਰਸ ਨੂੰ ਨਹੀਂ ਲਾ ਰਹੇ ਅਤੇ ਜਿਹੜੇ ਲਾ ਰਹੇ ਆ ਉਹਨਾਂ ਨੂੰ ਬੇਨਤੀ ਹੈ ਕਿ ਬਾਕੀਆਂ ਨੂੰ ਜ਼ਰੂਰ ਇਹਨਾਂ ਲੈਕਚਰਸ ਬਾਰੇ ਦੱਸੋ ਤਾਂ ਜੋ ਕਰੰਟ ਅਫੇਅਰਸ ਦੇ ਬਹਾਨੇ ਸਟੈਟਿਕ ਜੀ ਕੇ, ਕਿਉਂਕਿ ਇੱਕ ਗੱਲ ਹੋਰ, ਜਦੋਂ ਤੁਸੀਂ ਆਹ ਕਰੰਟ ਅਫੇਅਰ ਲਾ ਲਏ ਨਾ ਪੇਪਰਾਂ ਦੇ ਨੇੜੇ ਤਾਂ 60 ਰੁਪਏ ਦੀ ਇੱਕ ਮੈਗਜ਼ੀਨ ਨਾਲ ਕੁਇਕ ਰਿਵੀਜ਼ਨ ਹੋ ਹੀ ਜਾਂਦੀ ਹੈ। ਅਸਲੀ ਮਜ਼ਾ ਇਹ ਕਿ ਕਰੰਟ ਅਫੇਅਰਸ ਨੂੰ ਸਟੈਟਿਕ ਜੀ ਕੇ ਨਾਲ ਜੋੜ ਕੇ ਪੜ੍ਹਿਆ ਜਾਵੇ, ਇੰਨੀ ਵਾਸਟ ਇਨਫੋਰਮੇਸ਼ਨ ਹੋ ਜਾਵੇ ਕਿ ਬੰਦੇ ਨੂੰ ਕਵੇ ਕਿ ਲੱਗੇ ਕਿ ਸਰ ਪੜ੍ਹਾਏ ਹੋਏ ਤੋਂ ਪਤਾ ਨਹੀਂ ਪਰ ਸੁਣਾਏ ਹੋਏ 'ਚੋਂ ਬਹੁਤ ਪੇਪਰ ਆਇਆ। ਅੱਜ ਵਾਸਤੇ ਇੰਨਾ ਹੀ ਬਹੁਤ ਆ, ਮਿਲਦੇ ਹਾਂ ਜੀ।